ਇਸ ਹਿੱਸੇ ਵਿੱਚ ਜਿਵੇਂ ਕਿ ਮੈਂ ਆਪ ਜੀ ਨੂੰ ਸਵੇਰੇ ਬੇਨਤੀ ਕੀਤੀ ਸੀ ਕਿ ਮੇਰੇ ਨਾਲ ਮਹਿਮਾਨ ਸ਼ਾਮਲ ਹੋ ਰਹੇ ਨੇ ਡਾਕਟਰ ਪ੍ਰਭ ਸਰਨਬੀਰ ਸਿੰਘ ਜੀ ਆਪ ਜੀ ਮਾਡਰਨ ਲੈਂਗੁਏਜਸ ਦੇ ਪ੍ਰੋਫੈਸਰ ਨੇ ਯੂਨੀਵਰਸਿਟੀ ਆਫ ਅ ਫਰੇਜ਼ਰ ਵੈਲੀ ਵਿੱਚ ਤੇ ਪਿਛਲੇ ਦਿਨੀ ਸਾਡੇ ਸ਼ਹਿਰ ਦੇ ਵਿੱਚ ਉਹ ਪਹੁੰਚੇ ਜਿੱਥੇ ਇੱਕ ਲੈਕਚਰ ਸੀ ਉਹਨਾਂ ਦਾ 1984 ਨਸਲ ਕੁਸ਼ੀ ਦੇ ਆਰਪਾਰ ਵਿਸ਼ੇ ਦੇ ਉੱਤੇ ਉਹਨਾਂ ਨੇ ਇਥੋਂ ਦੇ ਸਾਡੇ ਕੁਝ ਲੋਕਾਂ ਵੱਲੋਂ ਸਾਡੇ ਕੁਝ ਸਹਿਰਦੀਆਂ ਵੱਲੋਂ ਪ੍ਰੋਗਰਾਮ ਸੈਮੀਨਾਰ ਦਾ ਯੋਜਨ ਕੀਤਾ ਸੀ ਜੈਨੇਸਿਸ ਸੈਂਟਰ ਵਿੱਚ ਡਾਕਟਰ ਪ੍ਰਭ ਸ਼ਰਨਪ੍ਰੀਤ ਸਿੰਘ ਜੀ ਉੱਥੇ ਪਹੁੰਚੇ ਹੋਏ ਸਨ ਅੱਜ ਸਾਡੇ ਨਾਲ ਸਟੂਡੀਓ ਵਿੱਚ ਨੇ ਅਸੀਂ ਉਹਨਾਂ ਦੇ ਨਾਲ 1984 ਦੇ ਵਿੱਚ ਸੱਚਖੰਡ ਦਰਬਾਰ ਸਾਹਿਬ ਉੱਤੇ ਭਾਰਤ ਸਰਕਾਰ ਵੱਲੋਂ ਕੀਤੇ ਗਏ ਹਮਲੇ ਦੇ ਹਵਾਲੇ ਦੇ ਨਾਲ ਅੱਜ ਦੀ ਗੱਲਬਾਤ ਉਹਨਾਂ ਨਾਲ ਸਾਂਝੀ ਕਰਾਂਗੇ ਡਾਕਟਰ ਸਿੰਘ ਮੇਰੇ ਨਾਲ ਸਟੂਡੀਓ ਦੇ ਵਿੱਚ ਸ਼ਾਮਲ ਨੇ ਡਾਟਸ ਸਾਫ ਤੁਹਾਡਾ ਬਹੁਤ ਸਵਾਗਤ ਜੀ ਆਇਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਸਰ ਸਮਾਂ ਦੇਣ ਲਈ ਜਦੋਂ ਅਸੀਂ 1984 ਦੀ ਸੱਚਖੰਡ ਦਰਬਾਰ ਸਾਹਿਬ ਤੇ ਹਮਲੇ ਦੀ ਗੱਲ ਕਰਦੇ ਹਾਂ ਉਹਦੇ ਲੌਂਗ ਟਰਮ ਇਫੈਕਟਸ ਦੀ ਅਸੀਂ ਜ਼ਰੂਰ ਚਰਚਾ ਕਰਨੀ ਚਾਹਾਂਗੇ ਕਿ ਅਜੇ ਵੀ ਉਹ ਜ਼ਖਮ ਭਰਿਆ ਨਹੀਂ ਅੱਜੇ ਵੀ ਕਿਸੇ ਨੇ ਵੀ ਭਾਰਤ ਸਰਕਾਰ ਵੱਲੋਂ ਉਹਦੀ ਕੋਈ ਮਾਫੀ ਨਹੀਂ ਮੰਗੀ ਕੋਈ ਇਸ ਤਰ੍ਹਾਂ ਦਾ ਪਛਤਾਵਾ ਜ਼ਾਹਰ ਨਹੀਂ ਕੀਤਾ ਕਿ ਜਿਥੋਂ ਉਹਨਾਂ ਨੂੰ ਇਹ ਲੱਗਦਾ ਹੋਵੇ ਕਿ ਅਸੀਂ ਕੋਈ ਗਲਤੀ ਕੀਤੀ ਹੈ ਉਹਨਾਂ ਨੂੰ ਲੱਗਦਾ ਹੀ ਨਹੀਂ ਕਿ ਗਲਤੀ ਕੀਤੀ ਹੈ ਹਾਂਜੀ ਥੋੜੀ ਜੀ ਉਸ ਹਵਾਲੇ ਦੇ ਨਾਲ ਸਾਨੂੰ ਜਾਣਕਾਰੀ ਦਿਓ ਜੀ ਕਿ ਇਹ ਹਮਲਾ ਕਿਵੇਂ ਹੋਇਆ ਕਿਉਂ ਹੋਇਆ ਤੇ ਆਫਟਰ ਫੈਕਟਸ ਕੀ ਨੇ ਦੇਖੋ ਸਭ ਤੋਂ ਵੱਡਾ ਸਵਾਲ ਇਹਦੇ ਨਾਲ ਸੰਬੰਧਤ ਇਹ ਹੈ ਕਿ ਇਹ ਹਮਲਾ ਕਿਉਂ ਹੋਇਆ ਉਹਦੇ ਬਾਰੇ ਆਪਾਂ ਨੂੰ ਦੋ ਤਰ੍ਹਾਂ ਦੇ ਖਿਆਲ ਮਿਲਦੇ ਆ ਇੱਕ ਤਰ੍ਹਾਂ ਦਾ ਖਿਆਲ ਆ ਜਿਹੜਾ ਉਹ ਉਸ ਵੇਲੇ ਦੀ ਜਿਹੜੀ ਇਮੀਡੀਏਟ ਪੋਲਿਟਿਕਲ ਸਿਚੁਏਸ਼ਨ ਆ ਉਹਦੇ ਵਿੱਚੋਂ ਇਸ ਗੱਲ ਦਾ ਜਵਾਬ ਲੱਭਦਾ ਬਹੁਤੇ ਜਿਹੜੇ ਸਕਾਲਰ ਨੇ ਉਹ ਮੰਨਦੇ ਆ ਕਿ ਉਸ ਵੇਲੇ ਦੇ ਰਾਜਨੀਤਿਕ ਹਰ ਹਾਲਾਤਾਂ ਦੀ ਉਪਚ ਸੀ ਇਹ ਹਮਲਾ ਜੀ ਕਿ ਉਸ ਵੇਲੇ ਕਿਉਂਕਿ ਧਰਮਯੁੱਧ ਮੋਰਚਾ ਚੱਲ ਰਿਹਾ ਸਿੱਖਾਂ ਵੱਲੋਂ ਤੇ ਉਸ ਮੋਰਚੇ ਨੂੰ ਦਬਾਉਣ ਵਾਸਤੇ ਤੇ ਸੰਤ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਂ ਵਾਲਿਆਂ ਦੀਆਂ ਜਿਹੜੀਆਂ ਗਤੀਵਿਧੀਆਂ ਉਹਨਾਂ ਨੂੰ ਰੋਕਣ ਵਾਸਤੇ ਸਰਕਾਰ ਨੇ ਇਹ ਹਮਲਾ ਕੀਤਾ ਏ ਪਹੁੰਚ ਆਮ ਕਰਕੇ ਬਹੁਤੇ ਜਿਹੜੇ ਅਕਾਦਮਿਕ ਬੰਦੇ ਨੇ ਤੇ ਜਰਨਲਿਸਟ ਨੇ ਜਿਹੜੇ ਉਹ ਇਹ ਪਹੁੰਚ ਰੱਖਦੇ ਆ ਮੇਰੇ ਖਿਆਲ ਦੇ ਵਿੱਚ ਇਹ ਪਹੁੰਚ ਗਲਤ ਹੈ ਮੈਂ ਇਹਦੇ ਨਾਲ ਸਹਿਮਤ ਨਹੀਂਗਾ ਮੇਰੇ ਖਿਆਲ ਦੇ ਵਿੱਚ ਇਹਦੇ ਕਾਰਨ ਜਿਹੜੇ ਉਹ ਇਮੀਡੀਏਟ ਜਿਹੜੀ ਰਾਜਨੀਤਿਕ ਹਾਲਾਤ ਸੀ ਉਦੋਂ ਦੀ ਉਹ ਉਹਦੇ ਵਿੱਚ ਨਹੀਂ ਸੀਗੇ ਇਹਦੇ ਕਾਰਨ ਸਗੋਂ ਡੂੰਘੇ ਸੀ ਉਸ ਸਬੰਧ ਦੇ ਵਿੱਚ ਇੱਕ ਆਇਰਲੈਂਡ ਦੇ ਪ੍ਰੋਫੈਸਰ ਹੋਏ ਨੇ ਜੌਇਸ ਪੈਟ੍ਰਿਕਿਊ ਜੀ ਉਨਾਂ ਨੇ ਇੱਕ ਕਿਤਾਬ ਲਿਖੀ ਸੀ ਦੀ 6th of the Punjab ਹਾਂ ਉਹਦੇ ਵਿੱਚ ਉਹਨਾਂ ਨੇ ਇੱਕ ਗੱਲ ਲਿਖੀ ਕਿ ਹਮਲਾ ਕਿਉਂ ਹੋਇਆ ਉਹ ਕਹਿੰਦੇ ਦੀ ਅਟੈਕ ਔਨ ਦਰਬਾਰ ਸਾਹਿਬ ਵਾਸ ਨੋਟ ਏਮਡ ਐਟ ਇਲੀਮੀਨੇਟਿੰਗ ਅ ਪੋਲਿਟੀਕਲ ਫਿਗਰ ਔਰ ਅ ਪੋਲਿਟੀਕਲ ਮੂਵਮੈਂਟ ਪੋਲਿਟੀਕਲ ਫਿਗਰ ਸੀ ਕੇ ਸੰਤ ਜਰਨੈਲ ਸਿੰਘ ਤੇ ਪੋਲਿਟੀਕਲ ਮੂਵਮੈਂਟ ਸੀ ਧਰਮਯੁੱਧ ਮੋਰਚਾ ਉਹ ਕਹਿੰਦੇ ਵੀ ਇਹਨਾਂ ਦੋਹਾਂ ਚੀਜ਼ਾਂ ਦੇ ਅਗੇਂਸਟ ਨਹੀਂ ਸੀਗਾ ਇਹ ਅਟੈਕ the attack was aimed at destroying the spirit and self confidence of the sik community ji jehdi basically jehdi unna dinan de vich mainstream jehda india da media ohde vallon te indian state vallon te leadership hai jehdi us vele di ohde vallon jehdi terminology varti ja rahi si na ji oh eh si ke sikhan nu sabak sikhauna ਜੀ ਠੀਕ ਹੈ ਨਾ ਉਹ ਇਸ ਕਰਕੇ ਉਹ ਜਿਹੜੀ ਗੱਲ ਸੀ ਉਸ ਵੇਲੇ ਦੇ ਰਾਜਨੀਤਿਕ ਹਾਲਾਤ ਇੱਕ ਬਹਾਨਾ ਸੀ ਇੱਕ ਐਕਸਕਿਊਜ਼ ਸੀ ਜਿਹਨੂੰ ਵਰਤ ਕੇ ਜਿਹੜਾ ਸਿੱਖਾਂ ਤੇ ਇੱਕ ਸਿੱਖਾਂ ਨੂੰ ਇੱਕ ਇਹੋ ਜਿਹਾ ਜ਼ਖਮ ਦਿੱਤਾ ਗਿਆ ਜਿਹਨੂੰ ਕਿਉਂ ਛੇਤੀ ਭੁੱਲ ਨਹੀਂ ਸਕਦੇ ਬੀਡੀ ਬੀਡੀ ਪਾਂਡੇ ਦੀ ਇੱਕ ਕਿਤਾਬ ਲੇਟੈਸਟ ਆਈ ਹੈ ਜਿਹੜੀ ਹਾਂਜੀ ਉਹਦੇ ਵਿੱਚ ਵੀ ਉਹ ਜ਼ਿਕਰ ਕਰਦਾ ਇਸ ਤੋਂ ਪਹਿਲਾਂ ਵੀ ਕਈ ਕਿਤਾਬਾਂ ਵਿੱਚ ਜ਼ਿਕਰ ਹੋਇਆ ਕਿ ਮਿਸਿਸ ਗਾਂਧੀ ਕੋਈ ਸਬਕ ਸਿਖਾਉਣ ਵਾਲੀ ਗੱਲ ਜਿਵੇਂ ਜਿਵੇਂ ਤੁਸੀਂ ਹੁਣ ਵੀ ਇਸ ਕਿਤਾਬ ਦੇ ਹਵਾਲੇ ਦੇ ਨਾਲ ਜਿਹੜੀ ਗੱਲ ਕੀਤੀ ਹੈ ਅਨ ਹਰਡ ਵਾਇਸਸ ਆਫ ਦੀ ਸਟੇਟ ਜਿਹੜੀ ਦਾ ਸੈਕਸ ਆਫ ਦੀ ਪੰਜਾਬ ਹਾਂਜੀ ਕਿ ਉਹ ਇੱਕ ਸਬਕ ਸਿਖਾਉਣ ਵਾਲਾ ਇਹ ਇਹਦੇ ਪਿੱਛੇ ਕੀ ਮਕਸਦ ਹੋ ਸਕਦਾ ਹੈ ਸਰਕਾਰ ਦਾ ਜਾਂ ਗਾਂਧੀ ਦਾ ਕਿ ਉਹ ਸਿੱਖਾਂ ਨੂੰ ਸਬਕ ਸਿਖਾਉਣਾ ਕਾਦੇ ਵਾਸਤੇ ਸਬਕ ਸਿਖਾਉਣਾ ਚਾਹੁੰਦੇ ਹੋਣ ਦੇਖੋ ਜਿਹੜੀ ਦੇਖੋ ਜਿਹੜੀ ਨਾ 20ਵੀਂ ਸਦੀ ਜਿਹੜੀ ਆਪਣੀ ਪੂਰੇ ਮਨੁੱਖੀ ਇਤਿਹਾਸ ਦੇ ਵਿੱਚ ਸਭ ਤੋਂ ਵੱਧ ਵਾਇਲੈਂਸ ਦੀ ਰਹੀ ਹੈ ਜੀ ਵੈਸੇ ਤਾਂ ਆਪਾਂ ਬਹੁਤੇ ਲੋਕ ਇਹ ਸਮਝਦੇ ਆ ਵੀ ਜਿਵੇਂ ਜਿਵੇਂ ਐਜੂਕੇਸ਼ਨ ਵਧਦੀ ਜਾਂਦੀ ਹੈ ਸਾਇੰਸ ਐਂਡ ਟੈਕਨੋਲੋਜੀ ਵਧਦੀ ਜਾਂਦੀ ਹੈ ਲੋਕ ਸਿਆਣੇ ਹੋ ਰਹੇ ਆ ਬੰਦਾ ਸਿਆਣਾ ਹੋ ਰਿਹਾ ਹੋਰ ਉਹ ਸੱਭਿਅਕ ਹੋ ਰਿਹਾ ਜੀ ਪਰ ਅਸਲ ਦੇ ਵਿੱਚ ਹੋਇਆ ਉਲਟਾ ਹਮਮ ਕੇ ਜਿਹੜਾ ਪੁਰਾਣਾ ਮਨੁੱਖੀ ਇਤਿਹਾਸ ਹੈ ਉਹਦੇ ਵਿੱਚ ਵਾਇਲੈਂਸ ਦਾ ਸਕੇਲ ਛੋਟਾ ਸੀ ਤੇ ਨਵਾਂ ਮਰੂਕੀ ਤੇ ਅਸਰੜਾ ਉਹਦੇ ਚ ਸਾਇੰਸ ਤੇ ਟੈਕਨੋਲੋਜੀ ਨਾਲ ਵਾਇਲੈਂਸ ਦਾ ਸਕੇਲ ਬਹੁਤ ਉੱਪਰ ਚਲੇ ਆ ਗਿਆ ਜੀ ਹੁਣ ਜਿਹੜੀਆਂ 20ਵੀਂ ਸਦੀ ਦੀਆਂ ਘਟਨਾਵਾਂ ਹੋਈਆਂ ਉਹਨਾਂ ਤੇ ਜੇ ਅਸੀਂ ਨਿਗਾਹ ਮਾਰਦੇ ਆਂ ਜਿੰਨੀ ਵੀ ਵੱਡੀ ਵਾਇਲੈਂਸ ਹੋਈ ਆ ਕਿਸੇ ਕਮਿਊਨਿਟੀ ਤੇ ਉਹਦੇ ਪਿੱਛੇ ਇੱਕ ਸੱਚ ਸਮੇਂ ਨਾਲ ਬਾਹਰ ਆਉਂਦਾ ਉਹ ਇਹ ਐ ਕਿ ਲਾਰਜ ਸਕੇਲ ਵਾਇਲੈਂਸ ਕਿਸੇ ਇੱਕ ਪੋਲੀਟੀਕਲ ਲੀਡਰ ਜਾਂ ਕਿਸੇ ਮੁਲਕ ਦੀ ਪੋਲਿਟਿਕਲ 엘ੀਟ ਦਾ ਡਿਸੀਜਨ ਦੇ ਵਿੱਚੋਂ ਨਹੀਂ ਨਿਕਲੀ ਹੁੰਦੀ ਉਹਦੇ ਪਿੱਛੇ ਬਹੁਗਣਤੀ ਲੋਕਾਂ ਦੀ ਮਾਨਸਿਕਤਾ ਪਈ ਹੁੰਦੀ ਹੈ ਹਾਂ ਹਾਂ 인ਦਰਾ ਗਾਂਧੀ ਨੇ ਇਹ ਕੰਮ ਕਿਉਂ ਕੀਤਾ ਹੁਣ ਆਪਾਂ ਨੂੰ ਆਪਣੇ ਕੋਲ ਇਸ ਗੱਲ ਦੇ ਇਨਫ ਸਬੂਤ ਹੈਗੇ ਆ ਕਿ 인ਦਰਾ ਗਾਂਧੀ ਨੂੰ ਲੱਗਦਾ ਸੀ ਕਿ ਜੇ ਸਿੱਖਾਂ ਨੂੰ ਮਾਰਿਆ ਗਿਆ ਤਾਂ ਇੰਡੀਆ ਦੇ ਬਹੁਗਣਤੀ ਹਿੰਦੂ ਵੋਟਾਂ ਦੇ ਵਿੱਚ ਮੇਰੀ ਸਪੋਰਟ ਕਰਨਗੇ ਹੂੰ ਹੂੰ ਸੋ ਉਹ ਮਾਨਸਿਕਤਾ ਜਿਹੜੀ ਜਿਹਨੂੰ ਮੈਂ ਕਹਿੰਦਾ ਵੀ ਜੈਨੋਸਾਈਡਲ ਸਾਈਕੀ ਜਾਂ ਨਸਲ ਕੁਸ਼ੀ ਦੀ ਮਾਨਸਿਕਤਾ ਉਹ ਮਾਨਸਿਕਤਾ ਦੇ ਵਿੱਚ ਹੀ ਵਾਇਲੈਂਸ ਪਈ ਸੀਗੀ 1984 ਦੇ ਵਿੱਚ ਜੋ ਕੁਝ ਹੋਇਆ ਉਹਦਾ ਰਿਵਾਰਡ ਕਾਂਗਰਸ ਪਾਰਟੀ ਨੂੰ ਰੈਕੋਰਡ ਮਾਰਜਿਨ ਨਾਲ ਜਿੱਤ ਕੇ ਮਿਲ ਗਿਆ ਹੂੰ ਹੂੰ ਅੱਜ ਤੱਕ ਕਿਸੇ ਵੀ ਪਾਰਟੀ ਨੂੰ 1947 ਤੋਂ ਲੈ ਕੇ ਅੱਜ ਤੱਕ ਉਹਨੇ ਵੱਡੇ ਪੱਧਰ ਤੇ ਸੀਟਾਂ ਨਹੀਂ ਜਿੱਤੀਆਂ ਸੋ ਜੇ ਆਮ ਲੋਕੜੇ ਉਹਨਾਂ ਦੇ ਮਨਾਂ ਦੇ ਵਿੱਚ ਉਸ ਵਾਇਲੈਂਸ ਪ੍ਰਤੀ ਗੁੱਸਾ ਹੁੰਦਾ ਤੇ ਫਿਰ ਤਾਂ ਉਹਨਾਂ ਨੇ ਏਡੇ ਵੱਡੇ ਪੱਧਰ ਤੇ ਕਾਂਗਰਸ ਪਾਰਟੀ ਨੂੰ ਵੋਟਾਂ ਪਾਉਣੀਆਂ ਨਹੀਂ ਸੀ ਯਾਰ ਜਿਹੜੇ ਨਵੰਬਰ ਤੋਂ ਬਾਅਦ ਜਿਹੜੀਆਂ ਵੋਟਾਂ ਹੋਈਆਂ ਹਾਂ ਹਾਂ ਜਿਹੜੇ ਨਵੰਬਰ ਤੋਂ ਬਾਅਦ ਵੋਟਾਂ ਹੋਈਆਂ ਹੁਣ ਉਹ ਜੇ ਉਹ ਵੋਟਾਂ ਦੇ ਵਿੱਚ ਕਾਂਗਰਸ ਪਾਰਟੀ ਹਾਰ ਜਾਂਦੀ ਹੂੰ ਹੂੰ ਫਿਰ ਸਾਰੇ ਇੰਡੀਆ ਦਾ ਇਤਿਹਾਸ ਹੋਰ ਹੋ ਜਾਣਾ ਸੀ ਜੋ ਕਿ ਫਿਰ ਗੁਜਰਾਤ ਦੇ ਵਿੱਚ ਜੋ ਕੁਝ ਹੋਇਆ ਉਹ ਨਹੀਂ ਸੀ ਹੁਣ ਜੀ ਫਿਰ ਮੋਦੀ ਨੇ ਪ੍ਰਧਾਨ ਮੰਤਰੀ ਨਹੀਂ ਸੀ ਬਣਨਾ ਹਮਮ ਜਿਹੜਾ ਨਾ ਇੱਕ ਪੋਲੀਟੀਕਲ ਇੰਡੀਆ ਦੀ ਪੋਲੀਟੀਕਲ ਸਟੈਬਲਿਸ਼ਮੈਂਟ ਨੂੰ ਇੱਕ ਲੈਸਨ ਮਿਲਿਆ 1984 ਤੋਂ ਕਿ ਕੋਈ ਵੀ ਇੱਕ ਮਾਈਨੋਰਟੀ ਕਮਿਊਨਿਟੀ ਨੂੰ ਟਾਰਗੇਟ ਕਰਕੇ ਜੇ ਅਸੀਂ ਉਹਨਾਂ ਤੇ ਵਾਇਲੈਂਸ ਕਰਦੇ ਆਂ ਤੇ ਉਹਦੇ ਨਾਲ ਸਾਨੂੰ ਮжоਰਿਟੀ ਦੀਆਂ ਵੋਟਾਂ ਰੜੀਆਂ ਉਹ ਮਿਲ ਜਾਣਗੀਆਂ ਤੇ ਲੋਕ ਆ ਜਿਹੜੇ ਹੋਰ ਬਾਕੀ ਸਾਰੇ ਮਸਲੇ ਪਾਸੇ ਰੱਖ ਕੇ ਸਾਨੂੰ ਵੋਟਾਂ ਕਹਣਗੇ ਉਹੀ ਸਾਈਕੀਆੜੀ ਉਹ ਗੁਜਰਾਤ ਦੇ ਵਿੱਚ ਮੋਦੀ ਨੇ ਬਹੁਤ ਸਕਸੈਸਫੁਲੀ ਐਕਸਪਲੋਇਟ ਕੀਤੀ ਤੇ ਹੁਣ ਉਹਨਾਂ ਨੇ ਜਿਹੜੀ ਭਾਜਪਾ ਹੈ ਇਹਨੇ ਮੁਸਲਮਾਨ ਕਮਿਊਨਿਟੀ ਜਿਹੜੀ ਪਿਕ ਕਰ ਲਈ ਟਾਰਗੇਟ ਕਰਨ ਵਾਸਤੇ ਹੁਣ ਮੁਸਲਮਾਨਾਂ ਤੇ ਸਿੱਖਾਂ ਦੇ ਵਿੱਚ ਫਰਕ ਇਹ ਹੈ ਕਿ ਸਿੱਖ ਇੱਕ ਬਹੁਤ ਜ਼ਿਆਦਾ ਦੁਨੀਆਂ ਦੇ ਵਿੱਚ ਘੱਟ ਗਿਣਤੀ ਵਾਲੀ ਕੌਮ ਸੀ ਜਿਹਦੇ ਕੋਲੇ ਦੁਨੀਆਂ 'ਚ ਕਿਤੇ ਕੋਈ ਪੋਲਿਟੀਕਲ ਪਾਵਰ ਨਹੀਂ ਤੇ ਜਿਹਦੀ ਕੋਈ ਪੋਲਿਟੀਕਲ ਸਪੋਰਟ ਨਹੀਂ ਸੀ ਕਿਤੇ ਦੁਨੀਆਂ 'ਤੇ ਪਰ ਮੁਸਲਮਾਨ ਕਮਿਊਨਿਟੀ ਇਸ ਤਰ੍ਹਾਂ ਨਹੀਂ ਕਿ ਮੁਸਲਮਾਨ ਤਾਂ ਬਹੁਤ ਵੱਡੀ ਗਿਣਤੀ ਆ ਉਹਨਾਂ ਦੀ ਦੁਨੀਆ 'ਚ ਤੇ ਉਹਨਾਂ ਦੀ ਪੋਲੀਟੀਕਲ ਪਾਵਰ ਬਹੁਤ ਜ਼ਿਆਦਾ ਹੈ ਜਿਵੇਂ ਹੁਣ ਜਿਹੜੀਆਂ ਘਟਨਾਵਾਂ ਹੋਈਆਂ ਪਿਛਲੇ ਕੁਝ ਦਿਨਾਂ ਤੋਂ ਤੇ ਉਹ ਸਾਰੀਆਂ ਦੀਆਂ ਸਾਰੀਆਂ ਗਲਫ ਕੰਟਰੀਜ਼ ਆ ਜਿਹੜੀਆਂ ਹੁਣ ਇੰਡੀਆ ਦੇ ਖਿਲਾਫ ਹਾਂਜੀ ਉਹ ਖੜੇ ਹੋਗੇ ਹਾਂਜੀ ਸੋ ਇਹ ਜਿਹੜੀ ਮੁਸਲਮਾਨਾਂ ਦੇ ਖਿਲਾਫ ਵਾਇਲੈਂਸ ਹੋ ਰਹੀ ਆ ਇਹਦੇ ਕੌਨ ਇਹਦੇ ਵੀ ਕੌਨਸੀਕਵੈਂਸ ਇੰਟਰਨੈਸ਼ਨਲੀ ਇੰਡੀਆ ਨੂੰ ਆਈਸੋਲੇਟ ਕਰ ਦੇਣਗੇ ਹਾਂ 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 ਤੇ ਹੁਣ ਜਦੋਂ ਅਸੀਂ ਗੱਲ ਕਰਦੇ ਆ ਕਿ ਇਸ ਆਪਰੇਸ਼ਨ ਨੂੰ ਬਣਾਇਆ ਗਿਆ ਲਿਆਂਦਾ ਗਿਆ ਉਸ ਤੋਂ ਬਾਅਦ ਅੱਜ ਤੱਕ ਕਿਸੇ ਨੇ ਕਿਸੇ ਸਰਕਾਰ ਨੇ ਸੁਹਿਰਦਤਾ ਨਾਲ ਇਹ ਠੀਕ ਹੈ ਕਿ ਬਾਰੋ-ਬਾਰ ਗੱਲਾਂ ਕਰਦੇ ਜੀ ਠੀਕ ਨਹੀਂ ਹੋਇਆ ਠੀਕ ਨਹੀਂ ਹੋਇਆ ਪਰ ਨੀਤ ਨਾਲ ਦਿਲੋਂ ਕਿਸੇ ਨੇ ਮਾਫੀ ਨਹੀਂ ਮੰਗੀ ਇਸ ਗੱਲ ਦੇ ਉੱਤੇ ਕੀ ਅਜੇ ਵੀ ਭਾਰਤ ਸਰਕਾਰ ਕੋਈ ਆਈ ਹੋਵੇ ਇੱਥੇ ਹੁਣ 1914 ਦਾ ਕੋਮਾਗਾਟਾ ਮਾਰੂ ਤੇ ਸਾਡੀ ਸਰਕਾਰ ਮਾਫੀ ਮੰਗਦੀ ਹੈ ਹਾਂ ਹਾਂ ਔਰ ਸੰਸਦ ਚ ਪ੍ਰਧਾਨ ਮੰਤਰੀ ਖੜੇ ਹੋ ਕੇ ਉਸ ਦਾ ਅਫਸੋਸ ਪ੍ਰਗਟ ਕਰਦਾ ਹੈ ਇਸੇ ਤਰ੍ਹਾਂ ਜਿਹੜੇ ਜੋ ਕੁਝ ਇੱਥੇ ਮੂਲ ਨਿਵਾਸੀਆਂ ਨਾਲ ਹੋਇਆ ਉਹਦੀ ਮਾਫੀ ਮੰਗੀ ਜਾਂਦੀ ਹੈ ਇਸ ਤਰ੍ਹਾਂ ਦੀ ਤਾਂ ਕੋਈ ਘਟਨਾ ਭਾਰਤ ਵਿੱਚ ਨਹੀਂ ਹੋਈ ਕੋਈ ਕੋਈ ਉਦਾਹਰਣ ਨਹੀਂ ਸਾਡੇ ਕੋਲ ਹੈ ਕਿ ਜਿੱਥੇ ਕਿਸੇ ਨੇ ਮਾਫੀ ਮੰਗੀ ਹੋਵੇ ਹਾਂਜੀ ਬਿਲਕੁਲ ਇੰਡੀਆ ਦੇ ਵਿੱਚ ਦੇਖੋ ਮਾਫੀ ਹੈ ਰਿਹਾਡੀਓ ਸਿਰਫ ਮਨਮੋਹਨ ਸਿੰਘ ਹੁਣਾਂ ਨੇ ਇੱਕ ਆਪ ਦੇ ਇੱਕ ਪਰਸਨਲ ਪੱਦਰ ਤੇ ਹੋਈ ਹੈ ਜੀ ਗੱਲ ਇਹ ਪਰ ਪੱਦਰ ਤੇ ਉਹਨਾਂ ਨੇ ਕੀਤੀ ਹੈ ਉਹਦੇ ਚ ਵੀ ਕਾਂਗਰਸ ਪਾਰਟੀ ਜਾਂ ਸਰਕਾਰ ਦੀ ਕੋਈ ਸ਼ਮੂਲੀਅਤ ਨਹੀਂ ਸੀ ਪਰ ਜਿਹੜਾ ਵੱਡਾ ਸਵਾਲ ਇਹ ਹੈ ਵੀ ਕੀ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਉਨਾ ਵਾਸਤੇ ਮਾਫੀ ਮੰਗ ਲੈਣੀ ਇਨਾਫ ਹੁੰਦੀ ਹੈ ਜਾਂ ਮਾਫੀ ਜੇ ਕੋਈ ਮੰਗ ਵੀ ਲਵੇ ਹਾਂ ਤਾਂ ਕੀ ਉਹਦੇ ਨਾਲ ਉਹਨਾਂ ਘਟਨਾਵਾਂ ਨੂੰ ਭੁਲਾ ਕੇ ਤੇ ਅੱਗੇ ਤੁਰਿਆ ਜਾ ਸਕਦਾ ਮੇਰੇ ਖਿਆਲ ਦੇ ਵਿੱਚ ਨਹੀਂ ਕਿਉਂਕਿ ਜਿਹੜੀ ਕਾਮਾਗਾਟਾ ਮਾਰੂ ਦੀ ਘਟਨਾ ਦੀ ਗੱਲ ਕਰਦੇ ਹਾਂ ਕਾਮਾਗਾਟਾ ਮਾਰੂ ਦੀ ਘਟਨਾ ਇਸ ਘਟਨਾ ਦੇ ਸਾਹਮਣੇ ਬਿਲਕੁਲ ਬਹੁਤ ਛੋਟੀ ਘਟਨਾ ਹੈ ਹਾਂ ਹਾਂ ਤੁਹਾਨੂੰ ਕਿ ਘਟੋ ਘਟ ਕੈਨੇਡਾ ਦੇ ਵਿੱਚ ਤਾਂ ਕੋਈ ਇੱਥੇ ਕਤਲੋਗਾਰਤ ਵੀ ਨਹੀਂ ਸੀ ਹੋਈ ਉਹਨਾਂ ਨੇ ਸਿਰਫ ਝਾੜ ਮੋੜਿਆ ਸੀ ਜਿਹੜੀ ਕਤਲੋਗਾਰਤ ਹੋਈ ਹੈ ਉਹ ਤਾਂ ਇੰਡੀਆ ਦੇ ਵਿੱਚ ਜਿਹੜੀ ਉੱਥੋਂ ਦੀ ਬ੍ਰਿਟਿਸ਼ ਕੋਲੋਨੀਅਲ ਗਵਰਨਮੈਂਟ ਸੀਗੀ ਉਹਨੇ ਕੀਤੀ ਹੈ ਜੀ ਸੋ ਇਸ ਕਰਕੇ ਇਹ ਘਟਨਾリティ ਇਹ ਬਹੁਤ ਜ਼ਿਆਦਾ ਵੱਡੀ ਘਟਨਾ ਹੈ ਇਹ ਆਮ ਇਤਿਹਾਸਿਕ ਘਟਨਾ ਨਹੀਂਗੀ ਇਹ ਤਾਂ ਇਹੋ ਜੀ ਘਟਨਾ ਹੈ ਵੀ ਇਹਨੇ ਆਉਣ ਵਾਲਾ ਇਤਿਹਾਸ ਹੀ ਸਾਰਾ ਬਦਲਤਾ ਜੀ ਬਿਲਕੁਲ ਤੇ ਜਿਹੜਾ ਦੇਖੋ ਕੋਈ ਵੀ ਵੱਡੀ ਘਟਨਾ ਤੇ ਕੋਈ ਸਰਕਾਰ ਜਦ ਮੀਡੀਆ ਥੋੜੇ ਸਮੇਂ ਵਾਸਤੇ ਹੀ ਪਰਦਾ ਪਾ ਸਕਦੇ ਹੁੰਦੇ ਆ ਸਮੇਂ ਨਾਲ ਉਹਦਾ ਸੱਚਾ ਜਿਹੜਾ ਉਹ ਸਾਰੇ ਪਰਦਿਆਂ ਨੂੰ ਪਾੜ ਕੇ ਬਾਹਰ ਆ ਜਾਂਦਾ ਹੂੰ ਹੂੰ ਜਿਵੇਂ ਹੁਣ 1984 ਦੇ ਨਾਲ ਸੰਬੰਧਿਤ ਜਿਹੜਾ ਸੱਚਾ ਉਹ ਬਾਹਰ ਆ ਰਿਹਾ ਸੋ ਜਿਵੇਂ ਜਿਵੇਂ ਉਹ ਸੱਚ ਬਾਹਰ ਆਈ ਜਾਊਗਾ ਓਵੇਂ ਓਵੇਂ ਉਹ ਸੱਚ ਉਸ ਖਿੱਤੇ ਦੀ ਰਾਜਨੀਤੀ ਨੂੰ ਵੀ ਨਵੀਂ ਦਿਸ਼ਾ ਦਿੰਦਾ ਸ਼ਕਤੀ ਹਾਂਜੀ ਜੀ ਹੁਣ ਜਦੋਂ ਅਸੀਂ ਇਹ ਗੱਲ ਕਰਦੇ ਆ ਕਿ ਮਾਫੀ ਮੰਗਣ ਵਾਲੀ ਗੱਲ ਅਸੀਂ ਕੀਤੀ ਆ ਕਿ ਮਾਫੀ ਮੰਗਣ ਨਾਲ ਕੀ ਹੋਏਗਾ ਸਵਾਲ ਇਹ ਹੈ ਕਿ ਇਹ ਘਟਨਾ ਬੜੀ ਦੁਖਦਾਈ ਘਟਨਾ ਸੀ ਜਿਹਨੂੰ ਕਦੇ ਵੀ ਜਸਟੀਫਾਈ ਕੋਈ ਵੀ ਨਹੀਂ ਕਰ ਸਕਦਾ ਨਾ ਇਹ ਕਰਨਯੋਗ ਆ ਪਰ ਕੀ ਇਸ ਜ਼ਖਮ ਨੂੰ ਭਰਿਆ ਜਾ ਸਕੇਗਾ ਤੇ ਕਿਵੇਂ ਦੇਖੋ ਜਿਹੜੇ ਜ਼ਖਮ ਹੈ ਨਾ ਇਤਿਹਾਸਕ ਜ਼ਖਮੜੇ ਉਹਨਾਂ ਪ੍ਰਤੀ ਦੋ ਕਿਸਮ ਦਾ ਰਵੱਈਆ ਹੁੰਦਾ ਕਮਿਊਨਿਟੀ ਦਾ ਇੱਕ ਤਾਂ ਇਹ ਰਵਈਆ ਹੁੰਦਾ ਕਿ ਉਹ ਜ਼ਖਮ ਨੂੰ ਰਸ ਦਾ ਰੱਖਿਆ ਜਾਵੇ ਕਿ ਉਹ ਰਸ ਦਾ ਰਵੇ ਉਹ ਪੀੜ ਦਿੰਦਾ ਰਹੇ ਤੇ ਉਹ ਫਿਰ ਆਪ ਨੂੰ ਯਾਦ ਰਹਿੰਦਾ ਦੂਜਾ ਰਵਈਆ ਜਿਹੜਾ ਇੱਕ ਆਪਣੇ ਬਹੁਤ ਵੱਡੇ ਸਕਾਲਰ ਪੰਜਾਬ ਦੇ ਹੋਏ ਨੇ ਡਾਕਟਰ ਗੁਰਪ੍ਰਗਤ ਸਿੰਘ ਜੀ ਪੰਜਾਬੀ ਯੂਨੀਵਰਸਿਟੀ ਪਟਿਆਲੇ ਉਹ ਇੰਗਲਿਸ਼ ਦੇ ਪ੍ਰੋਫੈਸਰ ਸੀ ਜੀ ਮੇਰੇ ਟੀਚਰ ਸੀਗੇ ਜੀ ਜੀ ਉਹਨਾਂ ਨੇ ਇੱਕ ਆਪਣੇ ਲੇਖ ਦੇ ਵਿੱਚ ਇਹ ਵਿਚਾਰ ਦਿੱਤਾ ਕਿ ਜ਼ਖਮ ਰੜਾ ਉਹਨੂੰ ਸੂਰਜ ਬਣਾਓ ਉਦੇ ਵਿੱਚੋਂ ਰੋਸ਼ਨੀ ਨਿਕਲੇ ਉਹਦੇ ਵਿੱਚੋਂ ਸਾਰੀ ਦੁਨੀਆ ਵਾਸਤੇ ਕੁਝ ਨਵਾਂ ਕੁਝ ਵਧੀਆ ਜੜਾ ਹੋ ਨਿਕਲੇ ਉਹਦੇ ਵਿੱਚ ਉਹ ਉਦਾਹਰਨ ਦਿੰਦੇ ਆ ਜਿਊਿਸ਼ ਹਲੋਕਾਸਟ ਦੀ ਇਹ ਹਲੋਕਾਸਟ ਤੋਂ ਬਾਅਦ ਜਿਹੜੇ ਦੁਨੀਆ ਭਰ ਦੇ ਯਹੂਦੀ ਸਕਾਲਰ ਸੀ ਉਹਨਾਂ ਨੇ ਪੋਲੀਟੀਕਲ ਵਾਇਲੈਂਸ ਕਿਉਂ ਵਰਪਰਦੀ ਹੈ ਟੋਟੈਲੀਟੇਰੀਅਨਿਜ਼ਮ ਸੋਸਾਇਟੀ ਤੇ ਕਿਉਂ ਹਾਵੀ ਹੁੰਦਾ ਇਹਦੇ ਬਾਰੇ ਬਹੁਤ ਗੰਭੀਰ ਚਿੰਤਨ ਪੇਸ਼ ਕੀਤਾ ਤੇ ਉਸ ਚਿੰਤਨ ਦੇ ਵਿੱਚੋਂ ਜਿਹੜਾ ਖਾਸ ਕਰਕੇ ਪੱਛਮੀ ਸਮਾਜ ਹੈ ਇਹਦੇ ਬੁਨਿਆਦੀ ਖਾਸੇ ਦੇ ਵਿੱਚ ਬਹੁਤ ਹੌਲੀ ਹੌਲੀ ਤਬਦੀਲੀਆਂ ਆਉਣੀਆਂ ਸ਼ੁਰੂ ਹੋ ਗਈਆਂ ਜਿਹੜੇ ਅਸੀਂ ਇੱਥੇ ਵੇਨੇ ਆ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਇੰਡੀਜਨਸ ਭਾਈਚਾਰੇ ਨਾਲ ਜੋ ਕੁਝ ਹੋਇਆ ਉਹਦੇ ਵਾਸਤੇ ਕੈਨੇਡੀਅਨ ਸਰਕਾਰ ਨੇ ਮਾਫੀ ਮੰਗੀ ਆ ਉਹ ਮਾਫੀ ਦੀ ਖਾਸ ਗੱਲ ਇਹ ਹੈ ਕਿ ਉਹ ਮਾਫੀ ਇੱਕ ਖਾਲੀ ਸ਼ਬਦਾਂ ਦੀ ਇੱਕ ਫੂਕੀ ਮਾਫੀ ਨਹੀਂਗੀ ਮੈਨੂੰ ਲੱਗਦਾ ਵੀ ਉਹਦੇ ਪਿੱਛੇ ਨਾ ਇੱਕ ਸੋਹਿਰਤ ਭਾਵਨਾ ਵੀ ਕੰਮ ਕਰ ਰਹੀ ਹੈ ਉਹਦੇ ਚੋਂ ਜਿਹੜਾ ਪਿਛਲੇ 10 5-7 ਸਾਲ ਤੋਂ ਜਿਹੜਾ ਇੰਡੀਜਨਸ ਭਾਈਚਾਰੇ ਨੂੰ ਸਰਕਾਰ ਵੱਲੋਂ ਕਾਫੀ ਹੱਦ ਤੱਕ ਜਿਹੜਾ ਉਹਨਾਂ ਦੇ ਜ਼ਖਮ ਭਰਨ ਦੀ ਕੋਸ਼ਿਸ਼ ਕੀਤੀ ਗਈ ਆ ਉਹ ਕਾਫੀ ਨਹੀਂਗੀ ਹਜੇ ਹੋਰ ਬਹੁਤ ਜ਼ਿਆਦਾ ਕੰਮ ਕਰਨ ਦੀ ਲੋੜ ਆ ਪਰ ਮੈਨੂੰ ਲੱਗਦਾ ਵੀ ਕੁਝ ਚੰਗੀ ਭਾਵਨਾ ਨਾਲ ਕੰਮ ਕੀਤਾ ਗਿਆ ਸੋਮਾ ਫੀ ਕੱਲਬ ਮਾਫੀ ਨਹੀਂ ਹੁੰਦੀ ਕਿ ਉਹਦੇ ਪਿੱਛੇ ਜੇ ਉਥੋਂ ਦੀ ਸਰਕਾਰ ਉਥੋਂ ਦੇ ਲੋਕਾਂ ਦਾ ਉਸ ਕਮਿਊਨਿਟੀ ਪ੍ਰਤੀ ਰਵੱਈਆ ਨਹੀਂ ਬਦਲਦਾ ਜੇ ਉਹ ਵਾਕਿਆ ਹੀ ਦਿਲੋਂ ਮਹਿਸੂਸ ਨਹੀਂ ਕਰਦੇ ਕਿ ਸਾਡੇ ਤੋਂ ਵਾਕਈ ਬਹੁਤ ਵੱਡਾ ਗੁਨਾਹ ਹੋਇਆ ਜਿਹੜਾ ਕਿ ਮਾਫੀਯੋਗ ਨਹੀਂ ਹੈ ਫਿਰ ਮਾਫੀ ਦਾ ਕੋਈ ਫਾਇਦਾ ਨਹੀਂ ਹੁੰਦਾ ਫਿਰ ਮਾਫੀ ਇੱਕ ਐਵੇਂ ਪੋਲਿਟਿਕਸ ਹੀ ਹੁੰਦੀ ਹੈ ਹਾਂ ਹਾਂ ਹਾਂਜੀ ਇੱਕ ਹੋਰ ਜਿਹੜਾ ਕਨਸੈਪਟ ਇਹਦੇ ਪਿੱਛੇ ਆਉਂਦਾ ਹੈ ਕਿ ਖਾਲਿਸਤਾਨ ਦੀ ਮੰਗ ਹੋਈ ਖਾਲਸਤਾਨ ਦੀ ਮੰਗ ਦੇ ਪਿੱਛੇ ਸੀ ਇਹ ਸਾਰਾ ਕੁਝ ਜਿਹੜਾ ਜੋ ਕੁਝ ਵੀ ਵਾਪਰਿਆ ਜਿਵੇਂ ਕਿ ਆਪਾਂ ਗੱਲ ਕੀਤੀ ਕਿ ਮਾਫੀਯੋਗ ਤਾਂ ਹੈ ਨਹੀਂ ਇਹ ਖਾਲਸਤਾਨ ਦੀ ਮੰਗ ਠੀਕ ਹੈ ਗਲਤ ਹੈ ਤੇ ਤੇ ਬਹਿਸ ਹੋ ਸਕਦੀ ਹੈ ਦਰਬਾਰ ਸਾਹਿਬ ਤੇ ਹਮਲਾ ਬਹਿਸ ਦੇ ਕਾਬਲ ਨਹੀਂ ਹੈ ਉਹ ਬਹਿਸ ਦਾ ਵਿਸ਼ਾ ਨਹੀਂ ਹੈ ਜਦੋਂ ਜਦੋਂ ਗੱਲ ਉੱਠਦੀ ਹੈ ਕਿ ਸਿੱਖ ਸਿੱਖ ਕਮਿਊਨਿਟੀ ਵੱਲੋਂ ਖਾਲਸਤਾਨ ਦੀ ਮੰਗ ਕੀਤੀ ਗਈ ਉਸ ਮੰਗ ਪ੍ਰਤੀ ਤੁਹਾਡਾ ਕੀ ਰਵੱਈਆ ਐਜ਼ ਐਜ਼ ਸਿੱਖ ਸਕਾਲਰ ਤੁਸੀਂ ਕੀ ਸੋਚਦੇ ਹੋ ਦੇਖੋ ਮੈਂ ਤਾਂ ਇਹ ਸਮਝਦਾ ਕਿ ਖਾਲਸਾਤਨ ਦੀ ਮੰਗ ਬਿਲਕੁਲ ਜਾਇਜ਼ ਹੈ। ਹਮ ਇਹਦੇ ਬਾਰੇ 1984 ਦੇ ਸੰਦਰਭ ਦੇ ਵਿੱਚ ਜੇ ਗੱਲ ਕਰਨੀ ਹੋਵੇ ਤਾਂ ਉੱਥੇ ਇਹ ਗੱਲ ਧਿਆਨ ਰੱਖਣ ਯੋਗ ਹੈ ਕਿ ਹਮਲੇ ਤੋਂ ਪਹਿਲਾਂ ਮੰਗ ਨਹੀਂ ਕੀਤੀ ਗਈ। ਜੀ ਇਹ ਬਿਲਕੁਲ ਮੀਡੀਏ ਨੇ ਤੇ ਕੁਝ ਲੋਕਾਂ ਨੇ ਰਲ ਕੇ ਝੂਠ ਫਲਾਇਆ ਕਿ ਹਮਲੇ ਤੋਂ ਪਹਿਲਾਂ ਧਰਮਯੁੱਧ ਮੋਰਚੇ ਦੀ ਮੰਗ ਆ ਜਿਹੜੀ ਉਹ ਖਾਲਸਾਤਨ ਸੀ ਬਿਲਕੁਲ ਨਹੀਂ ਧਰਮਯੁੱਧ ਮੋਰਚੇ ਦੀ ਮੰਗ ਆ ਜਿਹੜੀ ਮੁੱਖ ਮੰਗ ਸੀਗੀ ਉਹ ਸੀ ਕੀ ਫੈਡਰਲ ਸਟਰਕਚਰ ਲਾਗੂ ਕੀਤਾ ਜਾਵੇ ਇੰਡੀਆ ਚ ਜਿਵੇਂ ਕੈਨੇਡਾ ਦੇ ਵਿੱਚ ਜੀ ਤੇ ਦੂਜੀਆਂ ਬਹੁਤ ਛੋਟੀਆਂ ਮੰਗਾਂ ਸੀ ਕਿ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਦ ਉਹ ਧਾਰਮਿਕ ਸੀਗੀਆਂ ਬਿਲਕੁਲ ਮੰਗਾਂ ਹਾਂ ਰੇਡੀਓ ਜਾ ਕੇ ਰੇਲ ਗੱਡੀ ਚਲਾਈ ਜਾਵੇ ਜੀ ਸੋ ਉਹ ਤਾਂ ਬਹੁਤ ਛੋਟੀਆਂ ਮੰਗਾਂ ਸੀ ਸਰਕਾਰ ਵਾਸਤੇ ਕੋਈ ਖਾਸ ਗੱਲ ਨਹੀਂ ਸੀ ਜਿਹੜੀ ਵੱਡੀ ਮੰਗ ਸੀ ਕਿ ਫੈਡਰਲ ਸਟਰਕਚਰ ਲਾਗੂ ਕੀਤਾ ਜਾਵੇ ਜਿਵੇਂ ਅਮਰੀਕਾ ਕੈਨੇਡਾ ਸਵਿਟਜ਼ਰਲੈਂਡ ਵਰਗੇ ਮੁਲਕਾਂ ਦੇ ਵਿੱਚ ਆ ਉਹਦੇ ਚ ਸਿਰਫ ਗੱਲ ਇੰਨੀ ਇੱਕ ਸੀ ਕਿ ਜਿਹੜੀਆਂ ਜਿਹੜੇ ਸੂਬੇ ਆ ਉਹ ਮੁੱਖ ਜਿਹੜੇ ਵਿਭਾਗ ਸਰਕਾਰ ਕੋਲੇ ਰਹਿ ਜਾਣ ਕਰੰਸੀਸ਼ ਆਪਣੀਆਂ ਫੌਜ ਹੈ ਸਰਹੱਦਾਂ ਦੀ ਰਾਖੀ ਕਰਨੀ ਹੈ ਫੋਰਨ ਅਫੇਅਰਸ ਹੈ ਇਕਨੋਮੀ ਹੈ ਉਹ ਮੇਨ ਜਿਹੜੇ ਵੱਡੇ ਵਿਭਾਗ ਆ ਉਹ ਕੇਂਦਰ ਸਰਕਾਰ ਆਪਦੇ ਕੋਲੇ ਰੱਖ ਲਵੇ ਪਰ ਬਾਕੀ ਅਧਿਕਾਰ ਜਿਹੜੇ ਵੀ ਸਕੂਲਾਂ ਚ ਕੀ ਬਣਾਉਣਾ ਸੂਬਾ ਕ ਵਿੱਚ ਲਾਉਣਾ ਉਹ ਸੂਬੇ ਸਰਕਾਰਾਂ ਕੋਲੇ ਆ ਜਾਣ ਜਿਵੇਂ ਇੱਥੇ ਆਪਣੇ ਇਹ ਮੰਗ ਜਾਇਜ਼ ਤਾਂ ਹੈਗੀ ਹੋਈ ਸੀ ਇਹ ਮੰਗ ਪੂਰੇ ਇੰਡੀਆ ਵਾਸਤੇ ਵੀ ਬਹੁਤ ਵਧੀਆ ਚੀਜ਼ ਸੀ ਹਮਮ ਜੇ ਇਹ ਮੰਗ ਲਾਗੂ ਹੋ ਜਾਂਦੀ ਜੇ ਸਰਕਾਰ ਉਸ ਵੇਲੇ ਦੀ ਇੰਨੀ ਸਿਆਣੀ ਹੁੰਦੀ ਕਿ ਉਹ ਇਹ ਮੰਗ ਨੂੰ ਮੰਨ ਲੈਂਦੀ ਇੱਕ ਤਾਂ ਉਹ ਹਮਲਾ ਨਹੀਂ ਸੀ ਹੋਣਾ ਕਤਲੂਕਾਰਤ ਨਹੀਂ ਸੀ ਹੋਣੀ ਜੀ ਦੂਜਾ ਇੰਡੀਆ ਅੱਜ ਦੇ ਮੁਕਾਬਲੇ ਕਿਤੇ ਵੱਧ ਤਾਕਤਵਰ ਮੁਲਕ ਬਣ ਜਾਣਾ ਸੀ ਜੀ ਫੈਡਰਲ ਸਟਰਕਚਰ ਲਾਗੂ ਹੋਣ ਨਾਲ ਸੋ ਉਹ ਚਾਹਾਂ ਵਾਸਤੇ ਤਾਂ ਚਲੋ ਮਾੜਾ ਸਾਬਤ ਹੋਇਆ ਹੀ ਉਹ ਕਦਮ ਪਰ ਉਹ ਕਦਮ ਇੰਡੀਆ ਵਾਸਤੇ ਵੀ ਬਹੁਤ ਮਾੜਾ ਸਾਬਤ ਹੋਇਆ ਕਿਉਂਕਿ ਇੰਡੀਆ ਜਿਹੜਾ ਲਗਾਤਾਰ ਉਦੋਂ ਤੋਂ ਗ੍ਰਾਫਟ ਪੱਲ ਨੂੰ ਜਾ ਰਿਹਾ ਹੁਣ ਤਾਂ ਉਹ ਗ੍ਰਾਫਟ ਪਿਛਲੇ 5-7 ਸਾਲਾਂ ਤੋਂ ਬਹੁਤ ਹੀ ਤੇਜ਼ੀ ਫੜ ਗਈ ਤੇ ਹਾਲਾਤ ਆ ਜਿਹੜੇ ਜਿੰਨੇ ਵੀ ਸਿਆਣੇ ਪੋਲੀਟੀਕਲ ਐਨਾਲਿਸਟ ਨੇ ਇਕਨੋਮਿਸਟ ਨੇ ਜੇ ਤੁਸੀਂ ਉਹਨਾਂ ਦੀਆਂ ਗੱਲਾਂ ਸੁਣੋ ਤੇ ਉਹ ਸਾਨੂੰ ਦੱਸਦੇ ਆ ਕਿ ਇੰਡੀਆ ਦੇ ਹਾਲਾਤ ਆ ਜਿਹੜੇ ਉਹ ਚੰਗੇ ਨਹੀਂਗੇ ਉਹਦਾ ਉਹਦਾ ਭਵਿੱਖ ਚੰਗਾ ਨਹੀਂਗਾ ਉਹਦੇ ਹਾਲਾਤ ਜਿਹੜੇ శ్రీਲੰਕਾ ਵਾਲੇ ਬਣ ਸਕਦੇ ਕਿਸੇ ਵੀ ਦਿਨ ਹਮ ਹੁਣ ਹੁਣ ਜਦੋਂ ਅਸੀਂ ਖਾਲਿਸਤਾਨ ਦੀ ਗੱਲ ਕੀਤੀ ਇੱਕ ਵੱਖਰੇ ਇੱਕ ਜਿਹੇ ਵੱਖਰਾ ਵੀ ਨਹੀਂ ਮੈਂ ਚਲੋ ਇਹ ਇਹ ਆਪਾਂ ਮੰਨ ਕੇ ਚੱਲੀਏ ਕਿ ਜੇ ਸੂਬਿਆਂ ਨੂੰ ਵੱਧ ਅਧਿਕਾਰ ਦਿੱਤੇ ਜਾਂਦੇ ਜੇ ਉਹਨਾਂ ਨੂੰ ਖੁਦ ਮੁਖਤਿਆਰੀ ਦਿੱਤੀ ਜਾਂਦੀ ਜਿਵੇਂ ਤੁਸੀਂ ਦੱਸਿਆ ਕਿ ਕੁਝ ਡਿਪਾਰਟਮੈਂਟ ਜਿਹੜੇ ਫੈਡਰਲ ਸਰਕਾਰ ਕੋਲ ਹੁੰਦੇ ਜਦੋਂ ਹੁਣ ਖਾਲਸਾਤਾਨ ਦੀ ਮੰਗ ਹੁੰਦੀ ਹੈ ਤਾਂ ਹੁਣ ਖਾਲਸਾਤਾਨ ਦਾ ਕਨਸੈਪਟ ਕਿੱਥੇ ਖੜਾ ਹੈ ਅਸੀਂ ਇਹ ਜੇ ਬਣਾਉਣਾ ਹੋਵੇ ਤਾਂ ਕਿੱਥੇ ਬਣੇ ਕਿਵੇਂ ਦਾ ਹੋਗਾ ਉਹ ਦੇਖੋ ਖਾਲਸਾਤਾਨ ਬਾਰੇ ਨਾ ਬਹੁਤ ਜ਼ਿਆਦਾ ਭਲੇਖੇ ਰੜੇ ਉਹ ਪ੍ਰਚਲਿਤ ਕੀਤੇ ਗਏ ਆ ਇੱਕ ਸਭ ਤੋਂ ਵੱਡਾ ਭਲੇਖਾ ਇਹ ਆ ਖਾਲਸਾਤਾਨ ਬਾਰੇ ਵੀ ਉੱਥੇ ਸਿਰਫ ਸਿੱਖੀ ਹੋਣਗੇ ਜਾਂ ਸਿਰਫ ਸਿੱਖਾਂ ਦਾ ਹੀ ਰਾਜ ਹੋਊਗਾ ਜੀ ਮੇਰੇ ਖਿਆਲ ਦੇ ਵਿੱਚ ਇਹ ਬਿਲਕੁਲ ਗਲਤ ਹੈ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਮਾਡਲ ਆ ਜੀ ਜਿਹੜੇ ਮਾਡਰਨ ਵੈਸਟਰਨ ਸੈਕੂਲਰ ਡੈਮੋਕ੍ਰੇਸੀਜ਼ ਆ ਇਨਾਂ ਨਾਲੋਂ ਵੱਧ ਰਿਲੀਜੀਅਸ ਟੋਲਰੈਂਸ ਅੜੀ ਉਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਸੀਗੀ ਜਿਹੜੇ ਹਿੰਦੂ ਤੇ ਮੁਸਲਮਾਨ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸੀ ਉਹਨਾਂ ਨੂੰ ਦਰਬਾਰ ਦੇ ਵਿੱਚ ਹੋਰ ਸਰਕਾਰੀ ਅਹੁਦਿਆਂ ਦੇ ਵਿੱਚ ਬਹੁਤ ਵੱਡੇ ਪੱਦਰ ਤੇ ਰਿਪਰੈਜ਼ੈਂਟੇਸ਼ਨ ਅੜੀ ਉਹ ਮਿਲਦੀ ਸੀਗੀ ਦੂਜੀ ਜਿਹੜੀ ਹਰ ਰਾਜ ਆ ਨਾ ਜਿਹੜਾ ਉਹਦੀ ਕਿਸੇ ਨਾ ਕਿਸੇ ਫਲਸਫੇ ਦੇ ਵਿੱਚ ਕਿਸੇ ਨਾ ਕਿਸੇ ਜੀਵਨ ਦ੍ਰਿਸ਼ਟੀ ਦੇ ਵਿੱਚ ਉਹਦੀ ਜੜ ਲੱਗੀ ਹੁੰਦੀ ਹੈ। ਹਮਮ ਖਾਲਸਤਾਨ ਤੋਂ ਭਾਵ ਹੈ ਇਹੋ ਜਾਂ ਰਾਜ ਜਿਹਦੀ ਜੜਾ ਰੜੀ ਉਹ ਗੁਰਬਾਣੀ ਦੇ ਵਿੱਚ ਲੱਗੀ ਹੋਈ। ਤੇ ਉਹ ਸਰਬਸਾਂਝੀ ਵਾਲਤਾ ਦਾ ਇਤਿਹਾਸ ਹੈ ਡਾਕਟਰ ਗੁਰਪ੍ਰਖਤ ਸਿੰਘ ਹੀ ਸਾਨੂੰ ਕਹਿੰਦੇ ਹੁੰਦੇ ਸੀ ਵੀ ਇਹ ਖਾਲਸਤਾਨ ਤਾਂ ਇਹੋ ਜੀ ਚੀਜ਼ ਹੈ ਜਿਹਦੀ ਪੰਜਾਬ ਦੇ ਹਿੰਦੂਆਂ ਨੂੰ ਵੀ ਸਪੋਰਟ ਕਰਨੀ ਚਾਹੀਦੀ ਹੈ। ਜੀ ਹਾਂਜੀ ਮੇਰੇ ਇਸ ਵਿੱਚ ਤੇ ਉਹਨਾਂ ਨਾਲ ਕਾਫੀ ਗੱਲਬਾਤ ਹੋਈ ਮੇਰੇ ਉਹ ਟੀਚਰ ਸਨ ਮੈਂ ਮੈਂ ਕੀਤੀ ਉਹਨਾਂ ਕੋਲੋਂ ਤੇ ਇੱਕ ਹੋਰ ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਕਿ ਜਿਹੜੀ ਸਾਡੀ ਮੌਜੂਦਾ ਸਿੱਖ ਸਿਆਸਤ ਰਹੀ ਹੈ ਇਸ ਦੌਰ ਦੇ ਵਿੱਚ ਰਹੀ ਹੈ 1984 ਤੋਂ ਪਹਿਲਾਂ ਤੇ ਆਫਟਰ ਇਹ ਸਿੱਖ ਪੋਲਿਟਿਕਸ ਦੇ ਉੱਤੇ ਬਹੁਤਾ ਕਬਜ਼ਾ ਬਾਦਲਾਂ ਦਾ ਹੀ ਰਿਹਾ ਸਿਮਰਨਜੀਤ ਮਾਨ ਆਏ ਪਰ ਅਚਾਨਕ ਬਹੁਤ ਤੇਜ਼ੀ ਨਾਲ ਚੜ ਕੇ ਤੇਜ਼ੀ ਨਾਲ ਹੀ ਥੱਲੇ ਉਤਰ ਗਏ ਉਸ ਤੋਂ ਬਾਅਦ ਉਹਨਾਂ ਨੂੰ ਉਹਨਾਂ ਦੇ ਪੈਰ ਹੀ ਨਹੀਂ ਲੱਗਣ ਦਿੱਤੇ ਗਏ ਜਾਂ ਜੋ ਵੀ ਹਾਲਾਤ ਬਣੇ ਇਸ ਜਿਹੜੀ ਮੌਜੂਦਾ ਸਿੱਖ ਪੋਲਿਟਿਕਸ ਰਹੀ ਹੈ ਬਾਦਲਾਂ ਦੀ ਕਬਜ਼ੇ ਹੇਠ ਰਹੀ ਹੈ ਜਾਂ ਉਹਦੇ ਉਸ ਵੇਲੇ ਅਡਵਾਨੀ ਆਪ ਆਪਣੀ ਕਿਤਾਬ ਚ ਕਹਿੰਦੇ ਨੇ ਕਿ ਅਸੀਂ ਇਸ ਹੱਕ ਵਿੱਚ ਸੀ ਕਿ ਉੱਥੇ ਫੌਜ ਲਾ ਦਿੱਤੀ ਜਾਂਦੀ ਰਹੀ ਅਸੀਂ ਇੰਦਰਾ ਗਾਂਧੀ ਤੋਂ ਮੰਗ ਕਰਦੇ ਰਹੇ ਕਿ ਉੱਥੇ ਫੌਜ ਦੇ ਹਵਾਲੇ ਕੀਤਾ ਜਾਏ ਪੰਜਾਬ ਨੂੰ ਸੂਤ ਕਰਨ ਵਾਸਤੇ ਸੋ ਇਹ ਜਿਹੜੀ ਜਿਹੜਾ ਇਹਨਾਂ ਦਾ ਭਾਈਚਾਰਾ ਸੀ ਆਪਸ ਵਿੱਚ ਬੀਜੇਪੀ ਦਾ ਸੰਘ ਨਾਲ ਅ ਅਕਾਲੀ ਦਲ ਨਾਲ ਇਹਨੇ ਕਿੰਨਾ ਕੁ ਨੁਕਸਾਨ ਪਹੁੰਚਾਇਆ ਸਾਡੇ ਪੰਜਾਬ ਨੂੰ ਜਾ ਪੰਜਾਬ ਦੀ ਸਿਆਸਤ ਨੂੰ ਲੋਕਾਂ ਨੂੰ ਦੇਖੋ ਇਹਨੇ ਕਾਫੀ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਇਆ ਉਹਦਾ ਕਾਰਨ ਇਹ ਹੈ ਕਿ ਲਗਭਗ ਹਰ ਗੁਲਾਮਕੌਮ ਰੜੀ ਉਹਦਾ ਹੀ ਇੱਕ ਪੋਲਿਟਿਕਲ 엘ੀਟ ਦਾ ਇੱਕ ਹਿੱਸਾ ਰੜਾ ਉਹ ਹਮੇਸ਼ਾ ਤਾਕਤਵਰ ਧਿਰ ਨਾਲ ਜੁੜ ਜਾਂਦਾ ਜਿਵੇਂ ਕਸ਼ਮੀਰ ਚ ਫਰੂਕ ਅਬਦੁੱਲਾ ਹੋ ਗਿਆ ਜੀ ਪੰਜਾਬ ਦੇ ਵਿੱਚ ਬਾਦਲ ਹੋ ਗਏ ਜੇ ਦੁਨੀਆ ਦੀਆਂ ਹੋਰ ਇਲਾਕਿਆਂ ਦੀ ਗੱਲ ਕਰਨੀ ਹੋਵੇ ਉਥੋਂ ਵੀ ਇਹੋ ਜਿਹੀਆਂ ਜਿਹੜੀਆਂ ਉਦਾਹਰਨ ਉਹ ਲੱਭ ਜਾਣਗੀਆਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਨਾ ਉਹਦੀ ਹਿਸਟਰੀ ਸਾਨੂੰ ਵੇਖਣੀ ਚਾਹੀਦੀ ਹੈ ਵੀ ਉਹਨੂੰ ਇੰਡੀਅਨ ਸਟੇਟ ਨੇ ਕਿਵੇਂ ਡੋਮੈਸਟਿਕੇਟ ਕੀਤਾ ਉਹਨੂੰ ਡਿਮੈਸਟਿਕੇਟ ਕੀਤਾ ਜਿਹੜਾ ਐਮਰਜੈਂਸੀ ਦਾ ਕਾਨੂੰਨ ਹੈ ਕਿ ਸੂਬੇ ਦੀ ਸਰਕਾਰ ਕਿਸੇ ਵੇਲੇ ਵੀ ਭੰਗ ਕਰਕੇ ਉੱਥੇ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ ਜਾਂਦਾ 1997 ਦੇ ਵਿੱਚ ਜਿਹੜੀ ਸ਼ਰੋਣੀ ਕਾਲੀ ਦਲ ਦੀ ਸਰਕਾਰ ਚੁਣੀ ਗਈ ਉਹ ਪਹਿਲੀ ਸਰਕਾਰ ਸੀ ਜਿਨੇ 5 ਸਾਲ ਪੂਰੇ ਕੀਤੇ ਉਸ ਤੋਂ ਪਹਿਲਾਂ ਕਦੇ 5 ਸਾਲ ਪੂਰੇ ਹੀ ਨਹੀਂ ਕਰਨ ਦਿੱਤੇ ਸੋ ਬੇਸਿਕਲੀ ਉਹਦੇ ਤੋਂ ਬਾਦਲ ਹੁੰਦਾ ਜਾਂ ਕੋਈ ਹੋਰ ਹੁੰਦਾ ਦੋ ਹੀ ਨਤੀਜੇ ਕੱਢੇ ਜਾ ਸਕਦੇ ਸੀ ਇੱਕ ਇਸੀ ਕਿ ਇੰਡੀਆ ਦੇ ਵਿੱਚ ਇੰਡੀਆ ਦੀ ਸਟੇਟ ਰਡੀ ਇਹਨੇ ਸਾਨੂੰ ਇਨਸਾਫ ਨਹੀਂ ਦੇਣਾ ਇਹਨੇ ਸਾਨੂੰ ਡੈਮੋਕਰੈਟਿਕ ਤਰੀਕੇ ਨਾਲ ਰਾਜ ਨਹੀਂ ਕਰਨ ਦੇਣਾ ਤੇ ਇਸ ਕਰਕੇ ਸਾਨੂੰ ਇਹਦੇ ਖਿਲਾਫ ਸੰਘਰਸ਼ ਲੜਨਾ ਪੈਣਾ ਇੱਕ ਤਰੀਕਾ ਏ ਸੀ ਦੂਜਾ ਤਰੀਕਾ ਸੀਗਾ ਬਈ ਉਹਦੇ ਸਾਹਮਣੇ ਗੋਡੇ ਤੇ ਟੇਕ ਦਿੱਤੇ ਜਾਣ ਜਿਵੇਂ ਉਹ ਕਹਿੰਦੇ ਓਵੇਂ ਕੀਤਾ ਜਾਵੇ ਤੇ ਭਾਈਵਾਲੀ ਦੇ ਵਿੱਚ ਰਾਜ ਕੀਤਾ ਜਾਵੇ ਬਾਦਲ ਨੇ ਦੂਜਾ ਤਰੀਕਾ ਅਪਣਾਇਆ ਇਹਨੇ ਸੰਘਰਸ਼ ਦਾ ਰਾਹ ਛੱਡ ਕੇ ਇਹਨੇ ਸੋਚਿਆ ਕਿ ਸੈਂਟਰ ਦੇ ਅੱਗੇ ਗੋਡੇ ਟੇਕੋ ਤੇ ਜਿਵੇਂ ਵੀ ਉਹ ਕਹਿੰਦੇ ਆ ਭਾਵੇਂ ਪੰਜਾਬ ਨੂੰ ਉਜਾੜਦੇ ਹੀ ਆ ਪਰ ਮੈਨੂੰ ਰਾਜ ਕਰਨ ਦੇਣ ਤੇ ਫੇਰ ਠੀਕ ਆ ਹੂੰ ਹੂੰ ਸੋ ਸੋ ਉਹਦਾ ਸਿੱਖਾਂ ਨੂੰ ਕਾਫੀ ਨੁਕਸਾਨ ਹੋਇਆ ਪਰ ਮੈਂ ਇੱਥੇ ਇੱਕ ਗੱਲ ਹੀ ਕਹਿਣੀ ਚਾਹਣਾ ਕਿ ਪਿਛਲੇ ਸਮੇਂ ਦਾ ਜਿਹੜਾ ਪੋਲਿਟੀਕਲ ਰੈਟ੍ਰਿਕ ਚੱਲ ਰਿਹਾ ਨਾ ਉਹਦੇ ਵਿੱਚ ਕੁਝ ਹੱਦ ਤੱਕ ਇੱਥੋਂ ਤੱਕ ਲੋਕ ਕਹਿਣ ਲੱਗੇ ਜਿਵੇਂ ਸਿੱਖਾਂ ਦੀਆਂ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਬਾਦਲ ਹੀ ਹੋਵੇ ਮੈਂ ਕਹਿੰਦਾ ਵੀ ਬਾਦਲ ਸਮੱਸਿਆਵਾਂ ਦਾ ਇੱਕ ਸਿੰਪਟਮ ਹੈ ਨਾ ਕਿ ਉਹਨਾਂ ਦੀ ਜੜ ਉਹਨਾਂ ਦੀ ਜੜ ਰੈਡੀਓ ਸੈਂਟਰ ਦੇ ਵਿੱਚ ਪਈ ਹੈ ਜੀ ਡਾਕਟਰ ਸਾਹਿਬ ਇੱਕ ਗੱਲ ਕੀਤੀ ਜਾਂਦੀ ਹੈ ਕਿ ਜਿਵੇਂ ਆਪਾਂ ਹੁਣੇ ਗੱਲ ਕੀਤੀ ਕਿ ਇੱਕ ਕਮਿਊਨਿਟੀ ਨੂੰ ਰਾਦਰ ਸਿਕ ਕਮਿਊਨਿਟੀ ਨੂੰ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਕਦੇ ਵੀ ਉਹਨਾਂ ਨੂੰ ਪਹਿਲ ਨਹੀਂ ਦਿੱਤੀ ਗਈ ਪਰ ਦੂਜੇ ਪਾਸੇ ਇਹ ਪ੍ਰਚਾਰ ਕੀਤਾ ਜਾਂਦਾ ਹੈ ਕਿ Uh, 66 ਅਨਵਰਡਸ 1904 ਤੋਂ ਬਾਅਦ ਜਦੋਂ ਪੰਜਾਬੀ ਸੂਬਾ ਬਣਿਆ ਕੋਈ ਵੀ ਗੈਰ ਸਿੱਖ ਉਸਦੇ ਦਾ ਚੀਫ ਮਿਨਿਸਟਰ ਨਹੀਂ ਬਣਿਆ ਫਿਰ ਇਹ ਕਿਹਾ ਜਾਂਦਾ ਕਿ ਕੇਂਦਰ ਵਿੱਚ ਇਥੋਂ ਤੱਕ ਕਿ ਪ੍ਰਧਾਨ ਮੰਤਰੀ ਤੱਕ ਇੱਕ ਸਿੱਖ ਵਿਅਕਤੀ ਨੂੰ ਪ੍ਰਾਈਮ ਮਿਨਿਸਟਰ ਵੀ ਬਣਨ ਦਾ ਮੌਕਾ ਦਿੱਤਾ ਗਿਆ ਚੀਫ ਜਸਟਿਸ 에ਅਰ ਫੋਰਸ ਨੇਵੀ ਸਭ ਜਗ੍ਹਾ ਤੇ ਸਿੱਖਾਂ ਦੀ ਨਿਮਹਿਤਗੀ ਹੈਗੀ ਆ ਫਿਰ ਇਹ ਕਿਵੇਂ ਕਿਹਾ ਜਾ ਸਕਦਾ ਕਿ ਸਿੱਖਾਂ ਦੇ ਨਾਲ ਵਿਤਕਰਾ ਹੋ ਰਿਹਾ ਹੈ ਦੇਖੋ ਜੇ ਤਾਂ ਕੋਈ ਪੰਜਾਬ ਸਰਕਾਰ ਤੇ ਇਹੋ ਜਿਹਾ ਕਾਨੂੰਨ ਬਣਾਇਆ ਹੋਵੇ ਕਿ ਨਾਨ ਸਿੱਖ ਉਹਦਾ ਚੀਫ ਮਿਨਿਸਟਰ ਬਣ ਨਹੀਂ ਸਕਦਾ ਫਿਰ ਤਾਂ ਇਹ ਗੱਲ ਆਪਾਂ ਕਹਿ ਸਕਦੇ ਹਾਂ ਕਿ ਗਲਤ ਹੈ ਜਿਹੜਾ ਇੱਕ ਡੈਮੋਕਰੈਟਿਕ ਪ੍ਰੋਸੈਸ ਆ ਪਾਰਟੀਆਂ ਦਾ ਉਹਦੇ ਵਿੱਚੋਂ ਕੁਦਰਤੀ ਤੌਰ ਤੇ ਜਿਹੜੇ ਬੰਦਿਆਂ ਦੇ ਵਿੱਚ ਕਿਸੇ ਦੇ ਵਿੱਚ ਉਹੋ ਜਿਹਾ ਪੋਲਿਟਿਕਲ ਟੈਲੈਂਟ ਹੁੰਦਾ ਜਾਂ ਉਹੋ ਜਿਹਾ ਜੋੜ ਤੋੜ ਦਾ ਮਾਰ ਹੁੰਦਾ ਰੜਾ ਬੰਦਾ ਉਹ ਉਹ ਅੱਗੇ ਆ ਜਾਂਦਾ ਜੀ ਬਾਹਰ ਸਵਾਲ ਇਥੇ ਇਹ ਹੈ ਕਿ ਜਿਨ੍ਹਾਂ ਨੂੰ ਅਸੀਂ ਸਿੱਖ ਚੀਫ ਮਿਨਿਸਟਰ ਕਹਿੰਨੇ ਆ ਕਿ ਉਹ ਵਾਕਿਆ ਹੀ ਸਿੱਖ ਜਾਂ ਸਿੱਖਾਂ ਦਾ ਫਿਕਰ ਕਰਨ ਵਾਲੇ ਬੰਦੇ ਆ ਹਾਂ ਬਿਲਕੁਲ ਨਹੀਂ ਪ੍ਰਕਾਸ਼ ਸਿੰਘ ਬਾਦਲ ਹੋਵੇ ਕੈਪਟਨ ਅਮਰਿੰਦਰ ਸਿੰਘ ਹੋਵੇ ਜਾਂ ਕੋਈ ਹੋਰ ਹੋਵੇ ਉਹਨਾਂ ਦੇ ਜਿਹੜੇ ਉਹਨਾਂ ਦੀ ਜਿਹੜੀ ਪੋਲੀਟਿਕਸ ਆ ਉਹ ਸਿੱਖ ਪੱਖੀ ਪੋਲੀਟਿਕਸ ਨਹੀਂ ਕੀ ਉਹ ਤਾਂ ਸਗੋਂ ਸਿੱਖ ਵਿਰੋਧੀ ਪੋਲੀਟਿਕਸ ਆ ਸੋ ਉਹ ਇੱਕ ਕਿਸਮ ਦੇ ਸੈਂਟਰ ਦੇ ਪਪੇਟ ਹੈ ਜਿਨ੍ਹਾਂ ਨੂੰ ਸਿੱਖ ਚਿਹਰੇ ਵਜੋਂ ਅੱਗੇ ਕਰਕੇ ਸਿੱਖਾਂ ਦਾ ਨੁਕਸਾਨ ਕੀਤਾ ਗਿਆ ਸੈਂਟਰ ਵੱਲੋਂ ਹਮ ਹ ਸੋ ਜਿਵੇਂ ਕੇ ਪੀ ਐਸ ਗੱਲ ਦੀ ਗੱਲ ਲਾ ਲਓ ਤੁਸੀਂ ਜੀ ਵੀ ਇੱਕ ਸਿੱਖ ਚਿਹਰਾ ਲੈ ਆਂਦਾ ਹਾਲਾਂਕਿ ਕੇ ਪੀ ਐਸ ਗੱਲ ਦੇ ਹੇਠਾਂ ਬਹੁਤ ਸਾਰੇ ਇਹੋ ਜਿਹੇ Hindu officer ਵੀ ਸੀਗੇ ਜਿਨ੍ਹਾਂ ਨੇ ਕੇ ਪੀ ਐਸ ਗੱਲ ਤੋਂ ਵੀ ਵੱਧ ਕਤਲੋਗਾਰਧ ਕੀਤੀ ਹਮ ਹ ਪਰ ਮੀਡੀਆ ਦੇ ਵਿੱਚ ਉਹਨਾਂ ਨੂੰ ਉਭਾਰਿਆ ਨਹੀਂ ਗਿਆ ਕਿਉਂ ਨਹੀਂ ਉਭਾਰਿਆ ਗਿਆ ਕਿਉਂਕਿ ਉਹਦੇ ਤੋਂ ਇਹ ਲੱਗਣਾ ਸੀ ਕਿ ਆਮ ਲੋਕਾਂ ਦੇ ਮਨਾਂ ਦੇ ਵਿੱਚ ਇਹ ਪ੍ਰਭਾਵ ਜਾਣਾ ਸੀ ਕਿ Hindu ਸਿੱਖਾਂ ਨੂੰ ਮਾਰ ਰਹੇ ਹੈ ਤੇ ਇਸੇ ਕਰਕੇ ਕੇਪੀਐਸ ਗਿੱਲ ਨੂੰ ਇੱਕ ਸਿੱਖ ਉਹ ਚਿਹਰੇ ਵਜੋਂ ਸੁਪਰਕਾਪ ਵਜੋਂ ਪ੍ਰਚਾਰਿਆ ਗਿਆ ਉਵੇਂ ਹੀ ਜਿਹੜੇ ਪੰਜਾਬ ਦੇ ਚੀਫ ਮਿਨਿਸਟਰ ਵੀ ਹੈ ਨਾ ਉਹਨਾਂ ਦੇ ਰਾਹੀਂ ਹੀ ਪੰਜਾਬ ਦਾ ਨੁਕਸਾਨ ਕਰਵਾਇਆ ਗਿਆ ਦੂਜੀ ਗੱਲ ਆ ਵੀ ਚੀਫ ਮਿਨਿਸਟਰ ਦੀ ਹਸਿਆਤ ਉਥੇ ਕੀ ਹੈ ਇੱਕ ਕਲਰਕ ਵਾਲੀ ਹਸਿਆਤ ਹੈ ਉਹਨੂੰ ਜਿਹੜੇ ਵੇਲੇ ਮਰਜ਼ੀ ਲਾ ਸਕਦੇ ਆ ਜੀ ਹੁਣ ਜਿਹੜੀਆਂ ਸਰਕਾਰਾਂ ਬਹੁਤੇ ਲੋਕੀ ਜਿਹੜੇ ਪੰਜਾਬ ਦੇ ਵੋਟਰ ਆੜਾ ਪੰਜਾਬ ਦਾ ਉਹ ਇਹ ਰੀਅਲਾਈਜ਼ ਨਹੀਂ ਕਰਦਾ ਚੀਫ ਮਿਨਿਸਟਰ ਦੀ ਕੋਈ ਹੈਸੀਅਤ ਖਾਸ ਨਹੀਂ ਹੈ ਇਹ ਤਾਂ ਆਮ ਬੰਦੇ ਆਸਤੇ ਚੀਫ ਮਿਨਿਸਟਰ ਬਹੁਤ ਵੱਡੀ ਚੀਜ਼ ਹੈ ਪਰ ਅਸਲ ਦੇ ਵਿੱਚ ਚੀਫ ਮਿਨਿਸਟਰ ਕੀ ਹੈ ਭਾਵੇਂ ਤੁਸੀਂ ਭਗਵੰਤ ਮਾਨ ਦੀ ਗੱਲ ਲਾ ਲਓ ਉਹ ਵੀ ਇੱਕ ਕਾਈਂਡ ਆਫ ਪਪੇਟ ਹੈ ਕਿ ਉਹਦੀਆਂ ਤਾਰਾਂ ਜਿਹੜੀਆਂ ਹੋਰ ਕਿਤੇੋਂ ਹਿੱਲ ਰਹੀਆਂ ਕਿ ਉਹ ਆਪਣੇ ਪੱਤਰ ਤੇ ਫੈਸਲੇ ਪੰਜਾਬ ਬਾਰੇ ਲੈ ਸਕਦਾ ਕਿ ਉਹ ਇਹ ਫੈਸਲਾ ਕਰ ਸਕਦਾ ਕਿ ਪੰਜਾਬ ਚੋ ਜਿਹੜਾ ਵੀ ਪਾਣੀ ਜਾ ਰਿਹਾ ਉਹਦਾ ਮੁੱਲ ਲਿਆ ਜਾਵੇ ਨਹੀਂ ਕਰ ਸਕਦਾ ਹਮ ਹਮ ਬਿਲਕੁਲ ਨਹੀਂ ਕਰ ਸਕਦਾ ਸੋ ਇਸ ਕਰਕੇ ਉਹ 인ਡੀਪੈਂਡੈਂਟ ਚੀਫ ਮਿਨਿਸਟਰ ਦਾ ਕੋਈ ਮਿਲਿਆ ਹੀ ਨਹੀਂ ਪੰਜਾਬ ਨੂੰ ਉਹਨਾਂ ਦਾ ਸਿੱਖ ਦਾ ਹਿੰਦੂ ਹੋਣ ਦਾ ਕੋਈ ਖਾਸ ਮਾਨ ਹੀ ਨਹੀਂ ਕੀਤੇ ਜੀ ਹਾਂਜੀ ਹੁਣ ਹੁਣ ਇਸ ਸਮੱਸਿਆ ਜਿਹੜੀ ਜਿਹਦੀ ਅਸੀਂ ਅੱਜ ਚਰਚਾ ਕਰ ਰਹੇ ਹਾਂ ਇਹ ਬੜੇ ਚਿਹਰਾ ਤੋਂ ਵਾਕਈ ਨਸੂਰ ਹੈ ਜ਼ਖਮ ਹੈ ਸਾਡੇ ਸਪਿੰਡੇ ਦੇ ਉੱਤੇ ਲੱਗਿਆ ਹੋਇਆ ਦਰਦ ਵੀ ਦੇ ਰਿਹਾ ਹੈ ਪਰ ਇਹਦਾ ਹੱਲ ਕੀ ਹੈ ਕਿਵੇਂ ਕੱਢਿਆ ਜਾ ਸਕਦਾ ਹੈ ਇਹਦਾ ਦੇਖੋ ਇਹਦਾ ਹੱਲ ਸਿਰਫ ਇੱਕ ਹੀ ਹੈ ਵੀ ਉਥੋਂ ਦੀ ਰਾਜਨੀਤੀ ਹੈ ਜਿਹੜੀ ਉਹਨੂੰ ਨਵੀਂ ਦਿਸ਼ਾ ਮਿਲੇ ਜਿਹੜੇ ਇਤਿਹਾਸ ਕੱਲੂ ਘਰੇ ਹੁੰਦੇ ਆ ਉਹਨਾਂ ਦੇ ਵਿੱਚੋਂ ਹਮੇਸ਼ਾ ਇੱਕ ਨਵੀਂ ਰੋਸ਼ਨੀ ਦੀ ਕਿਰਨ ਪੈਦਾ ਹੁੰਦੀ ਹੈ 18ਵੀਂ ਸਦੀ ਦਾ ਜੇ ਅਸੀਂ ਇਤਿਹਾਸ ਵੇਖ ਲਈਏ 18ਵੀਂ ਸਦੀ ਦੇ ਵਿੱਚ ਬਹੁਤ ਸਾਰੇ ਕੱਲੂ ਘਰੇ ਹੋਏ ਬਹੁਤ ਸਾਰੇ ਜਿਹੜਾ ਸਿੱਖਾਂ ਨੂੰ ਦਰਦ ਦੇ ਵਿੱਚੋਂ ਲੰਘਣਾ ਪਿਆ ਪਰ ਉਹਦਾ ਪੋਜ਼ਿਟਿਵ ਪੱਖ ਇਹ ਰਿਹਾ ਕਿ ਅੰਤ ਨੂੰ ਉਨਾ ਸਾਰੇ ਖੱਲੂਕਾਰਿਆਂ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਇੱਕ ਸਰਬਸਾਂਝੀ ਵਾਲਤਾ ਵਾਲਾ ਰਾਜ ਅੜੜਾ ਉਹ ਪੰਜਾਬ ਦੀ ਧਰਤੀ ਤੇ ਸਥਾਪਿਤ ਹੋ ਗਿਆ। ਇਹ ਖੱਲੂਕਾਰਾ ਮੇਰੇ ਖਿਆਲ ਦੇ ਵਿੱਚ ਇਹਦਾ ਅੰਤ ਵੀ ਇੱਕ ਸਰਬਸਾਂਝੀ ਵਾਲਤਾ ਵਾਲੇ ਰਾਜ ਦੀ ਸਥਾਪਤੀ ਦੇ ਨਾਲ ਹੀ ਹੋਊਗਾ। ਜਿੰਨਾ ਚਿਰ ਉਹ ਗੱਲ ਨਹੀਂ ਹੁੰਦੀ ਕਿ ਉਨਾ ਚਿਰ ਇਹ ਜ਼ਖਮ ਅੜੜਾ ਉਹ ਰੜਕਦਾ ਹੀ ਰਹਿਣਾ ਹੈ। ਸੋ ਇੱਥੇ ਮੈਂ ਇਹ ਕਹਿਣਾ ਚਾਹਣਾ ਵਾਰ-ਵਾਰ ਕਿ ਜਿਹੜੀ ਪੰਜਾਬ ਨਾਲ ਸੰਬੰਧਤ ਪੰਜਾਬ ਦੀ ਜਿਹੜੀ ਨਾਨ ਸਿੱਖ ਪਾਪੂਲੇਸ਼ਨ ਆ ਉਹਨਾਂ ਨੂੰ ਇਹ ਗੱਲ ਬਹੁਤ ਜ਼ੋਰ ਨਾਲ ਰਿਅਲਾਈਜ਼ ਕਰਨ ਦੀ ਲੋੜ ਹੈ ਕਿ ਉਹਨਾਂ ਦਾ ਵੀ ਇਸੇ ਗੱਲ ਦੇ ਵਿੱਚ ਭਲਾ ਕਿ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਜਿਹੜਾ ਉਹ ਪੰਜਾਬ ਤੇ ਸਥਾਪਿਤ ਹੋਵੇ ਜਦੋਂ ਤੁਸੀਂ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਇਹ ਵੀ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਦੇ ਉੱਤੇ ਕਬਜ਼ਾ ਕੀਤਾ ਤੇ ਲਾਹੌਰ ਸ਼ਹਿਰ ਦੇ ਹਿੰਦੂ ਤੇ ਮੁਸਲਮਾਨ ਇਕੱਠੇ ਹੋ ਕੇ ਪਹਿਲਾਂ ਸਿੱਖਾਂ ਕੋਲੇ ਗਏ ਬੇਨਤੀ ਕਰਨ ਵੀ ਤੁਸੀਂ ਆਓ ਹਮਲਾ ਕਰੋ ਅਸੀਂ ਤੁਹਾਡੇ ਵਾਸਤੇ ਗੇਟ ਖੋਲ ਕੇ ਰੱਖਾਂਗੇ ਹਾਂ ਹਾਂ ਤੁਸੀਂ ਇਹ ਗੱਲ ਵੇਖੋ ਕਿ ਉਹ ਜੀ ਹੈ ਸੋ ਹੁਣ ਜਿਹੜੀ ਤੁਸੀਂ ਕਹਿੰਦੇ ਆ ਵੀ ਹੱਲ ਕੀ ਹੈ ਮੈਂ ਕਹਿੰਦਾ ਵੀ ਹੱਲ ਇਹ ਹੈ ਵੀ ਪੰਜਾਬ ਦੇ Hindu Muslim ਇਕੱਠੇ ਹੋ ਕੇ ਇਹ ਰਿਅਲਾਈਜ਼ ਕਰਨ ਵੀ ਇਸ ਧਰਤੀ ਦੇ ਉੱਤੇ ਇਸ ਧਰਤੀ ਦਾ ਭਲਾਰਾ ਇਸ ਧਰਤੀ ਤੇ ਰਹਿਣ ਵਾਲੇ ਲੋਕਾਂ ਦਾ ਭਲਾਰਾ ਉਹ ਗੁਰਬਾਣੀ ਦੇ ਵਿੱਚ ਆ ਤੇ ਗੁਰਬਾਣੀ ਕੋਈ ਇਸ ਤਰ੍ਹਾਂ ਦੀ ਚੀਜ਼ ਨਹੀਂ ਵੀ ਉਹ ਸਿਰਫ ਸਿੱਖਾਂ ਵਾਸਤੇ ਆ ਜਾਂ ਸਿੱਖਾਂ ਲਈ ਆ ਕਿਉਂਕਿ ਉਹਦਾ ਜਿਹੜਾ ਆਸ਼ਾ ਉਹ ਸਰਬੱਤ ਦੇ ਭਲੇ ਦਾ ਆਸ਼ਾ ਸੋ ਮੈਂ ਤਾਂ ਦੇਖੋ ਮੈਂ ਤਾਂ ਇਹਦੇ ਤੋਂ ਵੀ ਅੱਗੇ ਜਾ ਕੇ ਇਹ ਗੱਲ ਕਹਿਣਾ ਹੈ ਵੀ ਪੂਰੀ ਦੁਨੀਆ ਦੇ ਵਿੱਚ ਜਿਹੜਾ ਕਮਿਊਨਿਜ਼ਮ ਦੀ ਹਾਰ ਤੋਂ ਬਾਅਦ ਜਿਹੜਾ ਕੈਪੀਟਲਿਜ਼ਮ ਹੈ ਉਹਦੇ ਵੀ ਬਹੁਤ ਸਾਰੇ ਨੈਗੇਟਿਵ ਪੱਖ ਨੇ ਸਾਰੀ ਦੁਨੀਆ ਇਹ ਤਲਾਸ਼ ਕਰ ਰਹੀ ਹੈ ਕਿਸਾਨ ਨੂੰ ਰਾਜ ਦਾ ਇੱਕ ਨਵਾਂ ਮਾਡਲ ਮਿਲੇ ਜਿਹੜਾ ਸੋਸ਼ਲ ਸਟਰਕਚਰ ਜਿਹੜਾ ਨਵਾਂ ਸਾਨੂੰ ਮਿਲੇ ਉਹਦੇ ਵਿੱਚ ਡਾਕਟਰ ਗੁਰਪਖ ਸਿੰਘ ਨੇ ਵੀ ਇਹ ਗੱਲ ਕੀਤੀ ਹੈ ਕਿ ਅਸੀਂ ਸਾਡੇ ਕੋਲੇ ਗੁਰਬਾਣੀ ਦੇ ਰੂਪ ਦੇ ਵਿੱਚ ਇਹੋ ਜਿਹਾ ਫਲਸਫਾ ਮੌਜੂਦ ਹੈ ਜਿਹਦੇ ਵਿੱਚੋਂ ਰਾਜ ਦਾ ਨਵਾਂ ਮਾਡਲ ਨਿਕਲ ਸਕਦਾ ਜਿਹਦੇ ਵਿੱਚ ਬੰਦੇ ਦੀ ਲੁੱਟ ਨਾ ਹੋਵੇ ਸੋ ਇਹ ਗੱਲ ਜਿੱਦਾਂ ਆਮ ਲੋਕ ਅੜਿਓ ਰਿਅਲਾਈਜ਼ ਕਰਕੇ ਉਹਦੇ ਮੇਰੇ ਖਿਆਲ ਦੇ ਵਿੱਚ ਤੇ ਬਦੀ ਲਈ ਰਲੀ ਉਹ ਬਹੁਤ ਵੱਡੀ ਆ ਜਾਣੀ ਹੈ ਤੇ ਉਹਨਾਂ ਨੇ ਰੀਅਲਾਈਜ਼ ਮੇਰੇ ਖਿਆਲ ਚ ਇੱਕ ਦਿਨ ਕਰਨਾ ਪੈਣਾ ਤੇ ਕਰ ਵੀ ਲੈਣਾ ਕਿ ਇਸ ਗੱਲ ਤੋਂ ਬਿਨਾ ਗੁਜ਼ਾਰਾ ਨਹੀਂ ਕਿਹਾ ਇਹਦੇ ਚ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੀ ਲੈਫਟ ਨੇ ਇੰਟਰਪ੍ਰੀਟੇਸ਼ਨ ਕੀਤੀ ਹੈ ਨਾ ਸਾਰੀ ਸਾਡੀ ਪੋਲਿਟਿਕਸ ਦੀ ਉਹਦੇ ਚ ਇੱਕ ਬੁਨਿਆਦੀ ਨੁਕਸ ਇਹ ਹੈ ਕਿ ਉਹਨਾਂ ਨੇ ਸਿੱਖੀ ਨੂੰ ਇੱਕ ਫਿਰਕਾ ਮਤ ਲਿਆ ਸਿੱਖੀ ਇੱਕ ਫਿਰਕਾ ਨਹੀਂ ਹੈ ਸਿੱਖੀ ਤਾਂ ਸਾਰੇ ਸਮਾਜ ਨੂੰ ਇਕੱਠਿਆਂ ਜੋੜਨ ਦਾ ਇੱਕ ਇਹੋ ਜਿਹੀ ਸਪੇਸ ਕ੍ਰੀਏਟ ਕਰਨ ਦਾ ਇੱਕ ਸਾਧਨ ਹੈ ਜਿੱਥੇ ਹਰ ਫਿਰਕੇ ਦੇ ਲੋਕੜੇ ਉਹ ਖੁੱਲ ਕੇ ਆਜ਼ਾਦੀ ਨਾਲ ਰਹਿ ਸਕਦੇ ਐ ਤੇ ਇਹ ਸਿਰਫ ਫੂਕਾ ਦਾਵਾ ਨਹੀਂਗਾ ਕਿਉਂਕਿ ਇਹ ਇਤਿਹਾਸ ਦੇ ਵਿੱਚ ਪਹਿਲਾਂ ਹੋਇਆ ਉਸੇ ਪੰਜਾਬ ਦੀ ਧਰਤੀ ਤੇ ਇਸ ਕਰਕੇ ਮੈਨੂੰ ਲੱਗਦਾ ਵੀ ਇਹ ਗੱਲ ਕਾਫੀ ਸੋਲਿਡ ਆ ਜਿਹੜੀ ਲੈਫਟ ਨੇ ਸਾਡੀ ਇੰਟਰਪ੍ਰੀਟੇਸ਼ਨ ਕੀਤੀ ਐ ਉਹ ਉਹਨੇ ਬਹੁਤ ਜ਼ਿਆਦਾ ਸਮੱਸਿਆਵਾਂ ਪੈਦਾ ਕਰਤੀਆਂ ਕਿਉਂਕਿ ਉਹਨੇ ਕੀ ਕੀਤਾ ਜਿਹੜੀ ਤੁਸੀਂ ਇਹ ਗੱਲ ਕਰ ਰਹੇ ਨ ਵੀ ਇਹ ਕਿਉਂ ਹੋ ਰਿਹਾ ਇਹ ਕੀ ਕਿੱਧਰ ਨੂੰ ਗੱਲ ਜਾ ਰਹੀ ਹੈ ਹਰ ਹਰ ਜਿਹੜਾ ਇਮਾਨਦਾਰ ਬੰਦਾ ਇਸ ਗੱਲ ਬਾਰੇ ਫਿਕਰਮੰਦਾ ਇੰਡੀਆ ਬਾਰੇ ਵੀ ਫਿਕਰਮੰਦਾ ਪੰਜਾਬ ਬਾਰੇ ਵੀ ਲੋਕੀ ਫਿਕਰਮੰਦਾ ਉਹਦੇ ਵਿੱਚੋਂ ਮੈਂ ਇੱਕ ਗੱਲ ਇਹ ਕਹਿਣੀ ਚਾਹਣਾ ਹੈ ਵੀ ਜਿਹੜਾ ਲੈਫਟ ਹੈ ਉਹਨੇ ਕੀ ਕੀਤਾ ਵੀ ਉਹਨੇ ਇੱਕ ਨਵਾਂ ਮਾਡਲ ਮਾਰਕਸਿਜ਼ਮ ਤੇ ਬੇਸਡ ਲੈ ਕੇ ਆਂਦਾ ਤੇ ਉਹਦੀ ਨਾ ਪੰਜਾਬ ਦੇ ਸੱਭਿਆਚਾਰ ਚ ਕੋਈ ਜੜਾ ਨਾ ਉਹਦੀ ਇੰਡੀਆ ਦੇ ਸੱਭਿਆਚਾਰ ਚ ਕੋਈ ਜਣਾ ਸੋ ਸੱਭਿਆਚਾਰਕ ਤੌਰ ਤੇ ਲੋਕ ਲੈਫਟ ਦੇ ਮਾਡਲ ਨੂੰ ਨਾ ਉਹਨਾਂ ਨੇ ਅਪਣਾਇਆ ਨਾ ਕਿਦੇ ਅਪਣਾ ਸਕਣਗੇ ਇਸੇ ਕਰਕੇ ਲੈਫਟ ਜਿਹੜਾ ਉਹ ਇੱਕ 엘ੀਟ ਸੈਕਸ਼ਨ ਸੋਸਾਇਟੀ ਦਾ ਜਿਹੜਾ ਯੂਨੀਵਰਸਿਟੀ ਵਾਲਾ ਉਹਨਾਂ ਤੱਕ ਸੀਮਤ ਰਹਿ ਗਿਆ ਕੀ ਤੱਕ ਨਹੀਂ ਆਇਆ ਤੇ ਗੁਰੂ ਨਾਨਕ ਦਾ ਜਿਹੜਾ ਸਮਾਜਵਾਦ ਸੀ ਉਹ ਵੀ ਤਾਂ ਉਹ ਉਸ ਤੋਂ ਕਿਤੇ ਬਿਹਤਰ ਆ ਹਾਂਜੀ ਉਹ ਬਿਹਤਰ ਹੈ ਦੇਖੋ ਪਰ ਗੱਲ ਲੈਣਾ ਜਿਹੜੀ ਉਹਨੂੰ ਸਮਾਜਵਾਦ ਨਾਲ ਤੁਲਨਾ ਦੇਣੀ ਗਲਤ ਹੈ ਕਿਉਂਕਿ ਜੇ ਤੁਸੀਂ ਸੋਵੀਅਤ ਰਸ਼ੀਆ ਦਾ ਇਤਿਹਾਸ ਦੇਖੋ ਉਹਨਾਂ ਨੇ ਮਕੈਨੀਕਲ ਢੰਗ ਨਾਲ ਸੋਸਾਇਟੀ ਨੂੰ ਚਲਾਉਣ ਦੀ ਕੋਸ਼ਿਸ਼ ਕੀਤੀ ਤੇ ਬਹੁਤ ਹੀ ਜ਼ਿਆਦਾ ਨਿਰਦਈ ਢੰਗ ਨਾਲ ਉਹਨਾਂ ਨੇ ਸੋਸਾਇਟੀ ਨੂੰ ਇੱਕ ਮਸ਼ੀਨ ਸਮਝਿਆ ਤੇ ਮਸ਼ੀਨ ਦੀ ਤਰ੍ਹਾਂ ਜਿਵੇਂ ਜੀ ਕੀਤਾ ਕਿ ਦੇਖੋ ਜੀ ਇੱਥੋਂ ਇਨੀ ਪਾਪੂਲੇਸ਼ਨ ਚੱਕੋ ਉਹਨਾਂ ਨੂੰ ਡਿਸਪਲੇਸ ਕਰਕੇ ਫਲਾਣੇ ਥਾਂ ਭੇਜ ਦਿਓ ਇਨੀ ਪਾਪੂਲੇਸ਼ਨ ਨੂੰ ਚੱਕੋ ਉਹਨਾਂ ਨੂੰ ਸਾਈਬੀਰੀਆ ਭੇਜ ਦਿਓ ਉਹਦੇ ਵਿੱਚ ਜਿਹੜੀ ਕਤਲੋਗਾਰਤ ਹੋਈ ਉਹਦੇ ਵਿੱਚੋਂ ਹੀ ਜਿਹੜੇ ਸੋਸ਼ਲਿਜ਼ਮ ਹੈ ਉਹ ਰਿਜੈਕਟ ਹੋਇਆ ਅੱਜ ਦੀ ਸਿਚੁਏਸ਼ਨ ਕੀ ਹੈ ਕਿ ਸਾਰੀ ਦੁਨੀਆ ਦੇ ਵਿੱਚ ਈਵਨ ਲੈਫਟ ਨੇ ਆਪਦੀ ਇਕਨੋਮਿਕ ਹਾਰ ਹੈ ਜਿਹੜੀ ਉਹ ਅੰਦਰੋਂ ਸਵੀਕਾਰ ਕੀਤੀ ਹੋਈ ਹੈ ਕਿ ਸਾਡਾ ਸਿਸਟਮ ਅਰੇਡਾ ਵਾਇਬਲ ਨਹੀਂ ਆ ਜੀ ਇਸੇ ਕਰਕੇ ਉਹ ਆਪਦੀ ਇਕਨੋਮਿਕ ਸਟਰਗਲ ਨੂੰ ਛੱਡ ਕੇ ਰੈਂਟੀ ਪੋਲਿਟਿਕਸ ਵੱਲ ਨੂੰ ਚਲੇ ਗਏ ਸਾਰੀ ਦੁਨੀਆ 'ਚ ਭਾਵੇਂ ਇੱਥੇ ਹੋਵੇ ਭਾਵੇਂ ਇੰਡੀਆ 'ਚ ਹੋਵੇ ਸੋ ਗੱਲ ਕੀ ਹੈ ਵੀ ਸਾਨੂੰ ਇੱਕ ਇਹੋ ਜਿਹਾ ਇੰਡੀਜਨਸ ਮਾਡਲ ਦੀ ਲੋੜ ਸੀ ਜਿਹੜਾ ਸਾਡੀ ਧਰਤੀ ਤੋਂ ਪੈਦਾ ਹੋਇਆ ਹੋਵੇ ਪਰ ਜਿਹੜਾ ਸਰਬਸਾਂਝੀ ਵਾਲਤਾ ਦਾ ਮਾਦਾ ਰੱਖਦਾ ਹੋ ਹਮਮ ਤੇ ਸਾਊਥ ਏਸ਼ੀਆ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਸਿੱਖੀ ਹੈ ਜਿਹੜੀ ਉਹਦਾ ਬੈਸਟ ਬਦਲ ਆ ਮੈਂ ਇਸ ਕਿ ਇਸੇ ਬਾਇਸ ਦੇ ਵਿੱਚੋਂ ਨਹੀਂ ਗੱਲ ਕਰ ਰਿਆ ਮੈਂ ਇਹ ਪੂਰਾ ਜਿਵੇਂ ਵੱਤ ਵਾਤ ਓਬਜੈਕਟਿਵ ਹੋ ਕੇ ਤੇ ਸਾਰੇ ਇਤਿਹਾਸ ਨੂੰ ਆਪਣੇ ਸਾਹਮਣੇ ਰੱਖ ਕੇ ਇਹ ਗੱਲ ਕਰ ਰਿਹਾ ਹਾਂ ਇਹਦਾ ਭਾਵੇਂ ਨਹੀਂਗਾ ਵੀ ਉੱਥੇ ਹਰ ਰੈਂਦੇ ਬੰਦੇ ਨੂੰ ਸਿੱਖ ਬਣ ਜਾਣਾ ਚਾਹੀਦਾ ਉਹ ਤਾਂ ਹਰੇਕ ਬੰਦੇ ਦੀ ਆਲਦੀ ਹੈ ਕਿ ਸਪਿਰਚੁਅਲ ਜਰਨੀ ਹੁੰਦੀ ਹੈ ਜੇ ਕਿਸੇ ਨੂੰ ਮਨ ਮੰਨਦਾ ਤਾਂ ਉਹ ਬਣ ਸਕਦਾ ਪਹਿਲੀ ਗੱਲ ਸਿੱਖ ਤਾਂ ਪ੍ਰਚਾਰ ਨਹੀਂ ਕਰਦੇ ਕਿਸੇ ਨੂੰ ਕਹਿੰਦੇ ਵੀ ਨਹੀਂਗੇ ਕਿ ਤੁਸੀਂ ਬਣੋ ਪਰ ਜਿਹੜਾ ਸੋਸ਼ਲ ਪੋਲਿਟিক্যাল ਸਿਸਟਮ ਹੈ ਉਹ ਜਿੰਨਾ ਸਿਧਾਂਤਾਂ ਤੇ ਚੱਲਣਾ ਚਾਹੀਦਾ ਜਿੰਨਾ ਲੀਹਾਂ ਤੇ ਉਹ ਚੱਲਣਾ ਚਾਹੀਦਾ ਉਹ ਲੀਹਾਂ ਸਾਡੇ ਕੋਲੇ ਉਸ ਖਿੱਤੇ ਦੇ ਵਿੱਚ ਕੁਰਬਾਨੀ ਦੇ ਵਿੱਚੋਂ ਹੀ ਪੈਦਾ ਹੋ ਸਕਦੀਆਂ ਜੀ ਤੇ ਆਪਾਂ ਜੇ ਆਪਣੀ ਅੱਜ ਦੀ ਗੱਲਬਾਤ ਨੂੰ ਸਮੇਟਣਾ ਹੋਵੇ ਤੁਸੀਂ ਪੰਜਾਬ ਦਾ ਭਾਰਤ ਦਾ ਫਿਊਚਰ ਕੀ ਦੇਖਦੇ ਹੋ ਦੇਖੋ ਜੀ ਮੈਂ ਇੱਥੇ ਮੈਨੂੰ ਇਹ ਗੱਲ ਕਹਿਣ ਦੇ ਵਿੱਚ ਕੋਈ ਝਿਜਕ ਨਹੀਂ ਕਿ ਭਾਰਤ ਦਾ ਵੀ ਤੇ ਪੰਜਾਬ ਦਾ ਵੀ ਆਉਣ ਵਾਲਾ ਫਿਊਚਰ ਜਿਹੜਾ ਉਹ ਬਹੁਤ ਬਲੀਕ ਹੈ ਹਮ ਹਮ ਬਹੁਤ ਹੀ ਹਨੇਰਾ ਤੇ ਉਹ ਇੰਨਾ ਹਨੇਰਾ ਹੈ ਕਿ ਉਹਦੇ ਬਾਰੇ ਸੋਚ ਕੇ ਵੀ ਡਰ ਲੱਗਦਾ ਕਿ ਆਉਣ ਵਾਲਾ ਸਮਾਂ ਜਿਹੜਾ ਉਹ ਇੰਨਾ ਮਾੜਾ ਹੋਊਗਾ ਪਰ ਇਹਦਾ ਭਾਵ ਇਹ ਨਹੀਂਗਾ ਵੀ ਉਹ ਕਦੇ ਚੰਗਾ ਹੋ ਹੀ ਨਹੀਂ ਸਕੂਗਾ ਜੀ ਸੋ ਕਈ ਵਾਰੀ ਜਦੋਂ ਰਾਤ ਘੁੱਪ ਹਨੇਰੀ ਹੁੰਦੀ ਹੈ ਉਦੋਂ ਬਾਅਦ ਹੀ ਦਿਨ ਚੜਦਾ ਜੀ ਸੋ ਸੋ ਹਜੇ ਜਿਹੜਾ ਆਉਣ ਵਾਲਾ ਸਮਾਂ ਉਹ ਹਨੇਰਾ ਵਧੂਗਾ ਹਜੇ ਹੋਰ ਮਾੜਾ ਸਮਾਂ ਆਊਗਾ ਪਰ ਉਸ ਤੋਂ ਬਾਅਦ ਜੜੀ ਇੱਕ ਨਵੀਂ ਸਵੇਰ ਜੜੀ ਉਹ ਵੀ ਪੈਦਾ ਹੋਊਗੀ ਇਹ ਵੀ ਮੇਰੇ ਮੰਨ ਦੇ ਵਿੱਚ ਬਹੁਤ ਨਿਸ਼ਚੈ ਇਹ ਗੱਲ ਦਾ ਤੇ ਆਖਰੀ ਤੁਹਾਡੇ ਸ਼ਬਦ ਦੇਖੋ ਆਖਰੀ ਸ਼ਬਦ ਇਹ ਹੈ ਕਿ ਆਧੁਨਿਕ ਜ਼ਮਾਨੇ ਦੇ ਵਿੱਚ ਨਵੀਂ ਮੀਡੀਆ ਟੈਕਨੋਲੋਜੀਜ਼ ਔਨ ਨਾਲ ਇਤਿਹਾਸਿਕ ਘਟਨਾਵਾਂ ਬਾਰੇ ਸੱਤਾ ਦੀ ਪਹੁੰਚ ਜਿਹੜੀ ਉਹ ਬਹੁਤ ਵੱਧ ਚੁੱਕੀ ਹੈ ਕਿ ਉਹ ਇਤਿਹਾਸਿਕ ਟ੍ਰਨਾਵਾਂ ਨੂੰ ਇੱਕ ਖਾਸ ਰੰਗਤ ਦੇ ਵਿੱਚ ਪੇਸ਼ ਕਰ ਸਕਦੀ ਹੈ 1984 ਬਾਰੇ ਪਿਛਲੇ 38 ਸਾਲ ਤੋਂ ਇੱਕ ਖਾਸ ਤਰ੍ਹਾਂ ਦੀ ਇੰਟਰਪ੍ਰੀਟੇਸ਼ਨ ਹੈ ਜਿਹੜੀ ਉਹ ਦੁਨੀਆ ਭਾਰਤ ਦੇ ਵਿੱਚ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਅੱਜ ਮੇਰੇ ਖਿਆਲ ਦੇ ਵਿੱਚ ਪੰਜਾਬ ਦਾ ਦਰਦ ਦਿਲ ਦੇ ਵਿੱਚ ਰੱਖਣ ਵਾਲੇ ਹਰ ਸ਼ਖਸ ਵਾਸਤੇ ਇਹ ਜ਼ਰੂਰੀ ਹੈ ਕਿ ਉਹ ਇਹਨਾਂ ਘਟਨਾਵਾਂ ਨੂੰ ਨਵੀਂ ਨਜ਼ਰ ਨਾਲ ਵੇਖੇ ਇਹ ਉਹ ਜਿਹੜੀ মিডিਏ ਦੀ ਜਾਂ ਜਿਹੜੇ ਆਪਣੇ ਅਕਾਦੈਮਿਕ ਪਹੁੰਚ ਸੀ ਜਿਹੜੀ ਗਲਤ ਸੀ ਉਹਦੀ ਗਲਤ ਪੈਦਾ ਕੀਤੀ ਇੰਟਰਪ੍ਰੀਟੇਸ਼ਨ ਤੋਂ ਬਚ ਕੇ ਇਹਦੇ ਪਿੱਛੇ ਅਸਲ ਦੇ ਵਿੱਚ ਜਿਹੜੀਆਂ ਚੀਜ਼ਾਂ ਕਾਰਸ਼ੀਲ ਸੀ ਉਹਨਾਂ ਬਾਰੇ ਚੇਤਨ ਹੋਵੇ ਤੇ ਸਭ ਤੋਂ ਵੱਡੀ ਗੱਲ ਖਾਸ ਕਰਕੇ ਯੂਥ ਨੂੰ ਮੈਂ ਇਹ ਕਹਿਣੀ ਚਾਹਣਾ ਕਿ ਉਹ ਸਾਡੇ ਇਤਿਹਾਸ ਦੀ ਕ੍ਰੀਏਟਿਵ ਰੈਪ੍ਰেজੈਂਟੇਸ਼ਨ ਵੱਲ ਨੂੰ ਧਿਆਨ ਦੇਵੇ ਆਪਦੀਆਂ ਕ੍ਰੀਏਟਿਵ એનર્ਜੀਜ਼ ਅੜੜੀਆਂ ਉਹ ਸਾਡੇ ਇਤਿਹਾਸ ਦੇ ਇਹੋ ਜਿਹੀਆਂ ਜੜੀਆਂ ਵੱਡੀਆਂ ਘਟਨਾਵਾਂ ਉਹਨਾਂ ਨੂੰ ਆਪਦੀ ਕਲਾ ਰਾਹੀਂ ਆਪਦੇ ਕੰਮ ਰਾਹੀਂ ਭਾਵੇਂ ਤੁਸੀਂ ਪੇਂਟਿੰਗ ਕਰਦੇ ਆ ਤੁਸੀਂ ਗਾਇਕੀ ਕਰਦੇ ਆ ਭਾਵੇਂ ਤੁਸੀਂ ਕੋਈ ਲੇਖਕ ਆ ਪੱਤਰਕਾਰ ਆ ਤੁਸੀਂ ਜੋ ਵੀ ਆ ਉਸ ਦਰਦ ਨੂੰ ਆਪਣੀ ਕਲਾ ਰਾਹੀਂ ਪੇਸ਼ ਕਰੋ ਜਿਹੜੀ ਕੋਈ ਵੀ ਸਮਾਜ ਆ ਜਿਹੜਾ ਉਹਦੀ ਨੁਹਾਰ ਉਦੋਂ ਹੀ ਬਦਲਦੀ ਹੈ ਜਦੋਂ ਉਸ ਸਮਾਜ ਦਾ ਕ੍ਰੀਏਟਿਵ ਹਿੱਸਾ ਜਿੰਨਾਂ ਕੋਲ ਕੋਈ ਕਿਸੇ ਕਲਾ ਦੇ ਵਿੱਚ ਬਹੁਤ ਵੱਡਾ ਹੁਨਰ ਹੈ ਜਿੰਨਾਂ ਕੋਲੇ ਉਹ ਉਹ ਸਮਾਜ ਨੂੰ ਦਿਸ਼ਾ ਦਿੰਦੇ ਹੈ ਜੀ ਨਹੀਂ ਤਾਂ ਫਿਰ ਉਹ ਸਮਾਜ ਜਿਹੜਾ ਉਹ ਗਲਤ ਪਾਸੇ ਘਰਕ ਜਾਂਦਾ ਉਹਦੀਆਂ ਜਿਹੜੀਆਂ ਕ੍ਰੀਏਟਿਵ એનર્ਜੀਜ਼ ਆ ਉਹ ਸਾਰੀਆਂ ਵੇਸਟ ਹੋ ਜਾਂਦੀਆਂ ਪੰਜਾਬ ਆ ਜਿਹੜਾ ਤੇ ਪੰਜਾਬ ਦੀ ਨੌਜਵਾਨੀ ਆ ਜਿਹੜੀ ਉਹਦੇ ਵਿੱਚ ਬਹੁਤ ਜ਼ਿਆਦਾ ਤਾਕਤ ਆ ਬਹੁਤ ਜ਼ਿਆਦਾ ਪੋਟੈਂਸ਼ੀਅਲ ਆ ਉਹਦੇ ਚ ਤੇ ਉਹ ਜੇ ਇਸ ਪਾਸੇ ਲੱਗ ਜਵੇ ਤਾਂ ਮੈਨੂੰ ਪੂਰੀ ਆਸ ਆ ਕਿ ਪੰਜਾਬ ਦੀ ਨਹਾਰ ਇਕੱਲੇ ਪੰਜਾਬ ਦੀ ਨਹੀਂ ਉਹ ਇੰਡੀਆ ਦੀ ਨਹਾਰ ਵੀ ਬਦਲ ਸਕਦਾ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਸਮਾਂ ਦਿੱਤਾ ਸਾਡੇ ਨਾਲ ਗੱਲਬਾਤ ਕੀਤੀ ਹੈ ਆਪ ਜੀ ਦਾ ਸਟੂਡੀਓ ਵਿੱਚ ਆਉਣ ਲਈ ਬਹੁਤ-ਬਹੁਤ ਸ਼ੁਕਰੀਆ ਜੀ ਬਹੁਤ-ਬਹੁਤ ਮਿਹਰਬਾਨੀ ਜੀ ਤੁਸੀਂ ਮੈਨੂੰ ਮੌਕਾ ਦਿੱਤਾ ਵਿਚਾਰ ਸਾਂਝੇ ਕਰਨ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦੀ ਇਸ ਤਰ੍ਹਾਂ ਮੈਂ ਸਾਂਕਾ ਜੀ